ਸ਼ਬਦਾਂ ਦਾ ਹੇਰ ਫੇਰ ਹੈ। ਵੈਡਿੰਗ ਲੱਗ ਗਈ ਕਿ ਸੁਪਰੀਮ ਕੋਰਟ ਤੋਂ ਮਾਪਿਆਂ ਨੂੰ ਝਟਕਾ, ਸ਼ਬਦਾਂ ਦਾ ਹੇਰ ਫੇਰ ਹੈ ਨਾ ਬਸ ਇਹੀ। ਮਾਪੇ ਕੌਣ ਸੀ ਉਹ? ਉਹ 6-7-8-10 ਲੋਕ ਇਕੱਠੇ ਹੋ ਕੇ ਸੁਪਰੀਮ ਕੋਰਟ ਡਾਇਰੈਕਟ ਚਲੇ ਗਏ। ਅਸੀਂ ਤਾਂ ਪਹਿਲਾਂ ਹੀ ਪੌੜੀ ਦਰ ਪੌੜੀ ਚੜ੍ਹਦੇ ਜਾ ਰਹੇ ਹਾਂ। ਪੇਰੈਂਟਸ ਦੀਆਂ ਇੰਨੀਆਂ ਕਾਲਸ ਆ ਰਹੀਆਂ, ਬਗਨੀ ਸਾਹਿਬ ਸੁਪਰੀਮ ਕੋਰਟ ਨੇ ਕੀ ਕੀਤਾ, ਸੁਪਰੀਮ ਕੋਰਟ ਨੇ ਤਾਂ ਕੁਛ ਨਹੀਂ ਕਿਹਾ। ਸੁਪਰੀਮ ਕੋਰਟ ਨੇ ਤਾਂ ਸਗੋਂ ਤੁਹਾਨੂੰ ਇਹ ਕਿਹਾ ਕਿ ਵੀ ਤੁਸੀਂ ਸਹੀ ਜਗ੍ਹਾ ਹੋ। ਤੁਹਾਡੇ ਤੱਕ ਕਿਸੇ ਮਾਪੇ ਨੇ ਇਸ ਗੱਲ ਦੀ ਪਹੁੰਚ ਕੀਤੀ ਕਿ ਕੋਈ ਪ੍ਰਾਈਵੇਟ ਸਕੂਲ ਵਾਲਾ ਹੁਣ ਪਰੇਸ਼ਾਨ ਕਰ ਰਿਹਾ ਕਿ ਸੁਪਰੀਮ ਕੋਰਟ ਦੀ ਉਸ ਗਾਈਡਲਾਈਨ ਨੂੰ ਲੈ ਕੇ ਕਿ ਜੀ ਸ਼ਾਇਦ ਸਾਡੇ ਹੱਕ ਦੇ ਵਿੱਚ ਫੈਸਲਾ ਆ ਗਿਆ ਜੀ? ਜਦੋਂ ਦਾ ਕੋਵਿਡ-19 ਦੀ ਸਿਚੁਏਸ਼ਨ ਆਈ ਹੈ, ਤੁਹਾਡੇ ਫੰਡਾਮੈਂਟਲ ਰਾਈਟਸ ਵੀ ਜਿਹੜੇ ਆ ਗਵਰਨਮੈਂਟ ਨੇ ਰਿਸਟ੍ਰੇਨ ਕਰਤੇ। ਤੁਹਾਨੂੰ ਚਾਰ ਦੀਵਾਰੀ, ਘਰ ਦੀ ਚਾਰ ਦੀਵਾਰੀ ਦੇ ਅੰਦਰ ਬਿਠਾਤਾ ਕਿ ਨਹੀਂ ਬਿਠਾਇਆ? ਕੋਈ ਪੇਰੈਂਟ ਇਹ ਨਹੀਂ ਚਾਹੁੰਦਾ ਵੀ ਕਿਸੇ ਟੀਚਰ ਨੂੰ ਸੈਲਰੀ ਨਾ ਮਿਲੇ। ਟੀਚਰ ਜਿੰਨੀ ਮਿਹਨਤ ਕਰਦੇ ਆ ਉਹਦੀ ਸੈਲਰੀ ਮਿਲਣੀ ਬਣਦੀ ਹੈ। ਪਰ ਕੁਐਸਚਨ ਇਹ ਵੀ ਹੈ ਵੀ ਜਿਹੜੇ ਪੇਰੈਂਟਸ ਦਾ ਬਿਜ਼ਨਸ ਟੱਪ ਹੋ ਗਿਆ, ਜੋਬਸ ਖਤਮ ਹੋ ਗਈਆਂ, ਘਰ ਬੈਠੇ ਹੋਏ ਨੇ, ਉਹਨਾਂ ਦੀ ਹਾਲਤ ਜਿਹੜੀ ਹੈ ਬਹੁਤ ਬਦਲੀ ਹੈ। ਸਾਨੂੰ ਉਹਦੇ ਬਾਰੇ ਭੁੱਲਣਾ ਨਹੀਂ ਚਾਹੀਦਾ। ਬੱਚੇ ਘਰ ਬੈਠੇ ਹੋਏ ਨੇ, ਸਕੂਲ ਦੀ ਬਿਲਡਿੰਗ ਬੰਦ ਪਈ ਆ, ਏਸੀ ਬੰਦ ਪਏ ਨੇ, ਪੱਖੇ ਬੰਦ ਪਏ ਨੇ। ਹੁਣ ਜਿਹੜੀ ਇਹ ਐਨੂਅਲ ਚਾਰਜਸ ਨੇ ਜਾਂ ਜਿਹੜੇ ਹੋਰ ਚਾਰਜਸ ਨੇ, ਇਹਦੇ ਵਿੱਚ ਸਾਰਾ ਕੁਝ ਇਨਕਲੂਡਡ ਹੁੰਦਾ, ਬਿਲਡਿੰਗ ਫੰਡ। ਹੁਣ ਤੁਸੀਂ ਦੱਸੋ ਕੋਈ ਬਿਲਡਿੰਗ ਯੂਜ਼ ਨਹੀਂ ਹੋ ਰਹੀ? ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਜਦੋਂ ਤੋਂ ਲੋਕਡਾਊਨ ਹੋਇਆ, ਕੋਰੋਨਾ ਵਾਇਰਸ ਦੇ ਹਾਲਾਤ ਜਿਹੜੇ ਪੈਦਾ ਹੋਏ ਦੇਸ਼ ਦੁਨੀਆ ਭਰ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਕਰ ਜੇਕਰ ਅਸੀਂ ਗੱਲ ਕਰੀਏ ਤਾਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਹਨੇਰੇ ਵਿੱਚ ਜਾਪਿਆ। ਮਾਪਿਆਂ ਦਾ ਜਿਹੜਾ ਆ ਉਹ ਤਕਰਾਰ ਇੱਕ ਸਕੂਲਾਂ ਦੇ ਨਾਲ ਬਣਿਆ ਹੋਇਆ। ਸਕੂਲ ਕਹਿੰਦੇ ਨੇ, ਪ੍ਰਾਈਵੇਟ ਸਕੂਲ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਫੀਸ ਚਾਹੀਦੀ ਹੈ ਤਾਂ ਹੀ ਅਸੀਂ ਆਪਣੇ ਪ੍ਰਬੰਧ ਚਲਾ ਸਕਦੇ ਹਾਂ, ਤਾਂ ਹੀ ਅਧਿਆਪਕਾਂ ਨੂੰ ਤਨਖਾਹ ਦੇ ਸਕਦੇ ਹਾਂ, ਆਪਣੀ ਮੈਨੇਜਮੈਂਟ ਨੂੰ ਸੰਭਾਲ ਸਕਦੇ ਹਾਂ। ਪਰ ਮਾਪੇ ਜਿਹੜੇ ਨੇ ਉਹ ਕਹਿੰਦੇ ਨੇ ਕਿ ਜਦੋਂ ਤੱਕ ਸਕੂਲ ਨਹੀਂ ਖੁੱਲ੍ਹਦੇ ਉਦੋਂ ਤੱਕ ਅਸੀਂ ਜਿਹੜਾ ਫੀਸਾਂ ਨਹੀਂ ਦੇ ਸਕਦੇ। ਇਸ ਸਮੇਂ ਦੇ ਦੌਰਾਨ ਮਾਮਲਾ ਹਾਈਕੋਰਟ ਵਿੱਚ ਪਹੁੰਚਿਆ। ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਆਈ ਕਿ ਸੁਪਰੀਮ ਕੋਰਟ ਤੋਂ ਜਿਹੜਾ ਉਹ ਮਾਪਿਆਂ ਨੂੰ ਵੱਡਾ ਝਟਕਾ ਲੱਗਿਆ। ਤਮਾਮ ਅਖਬਾਰਾਂ ਦੇ ਵਿੱਚ ਇਹ ਸੁਰਖੀ ਬਣੀ ਹੋਈ ਸੀ, ਮਾਪਿਆਂ ਦੇ ਵਿੱਚ ਦੁਚਿੱਤੀ ਪੈਦਾ ਹੋਈ। ਸੁਪਰੀਮ ਕੋਰਟ ਨੇ ਕੀ ਕੁਝ ਕਿਹਾ, ਉਹ ਗੱਲ ਕੁਝ ਹੋਰ ਹੋਈ ਹੈ, ਉੱਥੇ ਲੋਕਾਂ ਦੇ ਤੱਕ ਪਹੁੰਚ ਕੁਝ ਹੋਰ ਰਹੀ ਹੈ। ਪ੍ਰਾਈਵੇਟ ਸਕੂਲ ਜਿਹੜਾ ਫਿਰ ਉਸਦੀ ਆੜ ਦੇ ਵਿੱਚ ਕਿਤੇ ਨਾ ਕਿਤੇ ਦਬਾਅ ਪਾਉਂਦੇ ਨਜ਼ਰ ਆ ਰਹੇ ਨੇ। ਸਾਰੇ ਮਸਲੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਮਾਪਿਆਂ ਦੇ ਵਕੀਲ ਅਮਰਪਾਲ ਸਿੰਘ ਬਾਗੜੀ, ਹਾਈਕੋਰਟ ਦੇ ਵਕੀਲ ਨੇ, ਉਹ ਮੌਜੂਦ ਨੇ। ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ D5 ਚੈਨਲ ਪੰਜਾਬੀ 'ਤੇ। ਬਾਗੜੀ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ। ਬਾਗੜੀ ਸਾਹਿਬ, ਆਪਾਂ ਉਸੇ ਲਾਈਨ 'ਤੇ ਆਈਏ, ਕਨਸੈਪਟ ਨੂੰ ਕਲੀਅਰ ਕਰੋ, ਸੁਪਰੀਮ ਕੋਰਟ ਦੇ ਵਿੱਚ ਕੀ ਕੁਝ ਹੋਇਆ? ਯੈਸ ਦੇਖੋ, ਸਭ ਤੋਂ ਪਹਿਲਾਂ ਜਿਹੜੇ ਸਕੂਲ ਸੀ ਉਹ ਹਾਈਕੋਰਟ ਪਹੁੰਚੇ। 22/5/2020 ਨੂੰ ਆਨਰੇਬਲ ਹਾਈਕੋਰਟ ਨੇ ਅੰਤਰਿਮ ਫੈਸਲਾ ਇੱਕ ਕੀਤਾ ਜਿਸ ਵਿੱਚ ਇਹਨਾਂ ਨੂੰ 70% ਫੀਸ ਲੈਣ ਦੀ ਪਰਮਿਸ਼ਨ ਦਿੱਤੀ। ਉਸ ਤੋਂ ਬਾਅਦ ਜਿਹੜੀ ਸਕੂਲਾਂ ਨੇ ਹਾਈਕੋਰਟ ਪਟੀਸ਼ਨ ਪਾਈ ਸੀ, ਉਹ 'ਚ ਪਾਰਟੀ ਬਣੇ ਅਸੀਂ ਪੇਰੈਂਟਸ, ਇੱਕ ਮਾਪਿਆਂ ਵੱਲੋਂ ਵੀ ਜਿਹੜੀ ਹੈ ਪਟੀਸ਼ਨ ਦਾਇਰ ਕੀਤੀ ਗਈ ਹਾਈਕੋਰਟ। ਉਹ ਜਿਹੜੀ ਸਿੰਗਲ ਬੈਂਚ ਦਾ ਫੈਸਲਾ ਆਇਆ ਉਹ ਸਕੂਲਾਂ ਦੇ ਫੇਵਰ 'ਚ ਆ ਗਿਆ 30/6/2020 ਨੂੰ। ਉਸ ਤੋਂ ਬਾਅਦ ਉਹਦੇ ਅਗੇਂਸਟ ਅਪੀਲ ਦਾਇਰ ਕਰਨੀ ਬਣਦੀ ਸੀ ਹਾਈਕੋਰਟ 'ਚ। ਅਸੀਂ ਐਸ ਇਟ ਬੀਇੰਗ ਰੈਮਡੀ ਮਾਪਿਆਂ ਵੱਲੋਂ ਹਾਈਕੋਰਟ 'ਚ ਅਪੀਲ ਦਾਇਰ ਕਰਤੀ, ਡਿਵੀਜ਼ਨ ਦੋਹਰੇ ਬੈਂਚ ਦੇ ਅੱਗੇ, ਸਿੰਗਲ ਬੈਂਚ ਦੇ ਫੈਸਲੇ ਦੇ ਬਰਖਿਲਾਫ਼। ਹੁਣ ਇੱਕ ਕੁਛ ਕੁ ਪੇਰੈਂਟਸ ਸੀਗੇ ਜਿਹੜੇ ਨਾ ਤਾਂ ਅਪੀਲ ਜਿਨ੍ਹਾਂ ਨੇ ਦਾਇਰ ਕੀਤੀ ਨਾ ਉਹ ਹਾਈਕੋਰਟ ਆਏ ਸੀ, ਉਹ 6-7 ਸਟੇਟਾਂ ਦੇ ਪੇਰੈਂਟਸ ਇਕੱਠੇ ਹੋਏ, ਜਿਹ 'ਚ ਪੰਜਾਬ ਦਾ ਇੱਕ ਪੇਰੈਂਟ ਸੀਗਾ, ਉੜੀਸਾ, ਮਹਾਰਾਸ਼ਟਰ, ਗੁਜਰਾਤ, ਹਰਿਆਣਾ, ਏਦਾਂ ਦੇ ਪੇਰੈਂਟਸ ਨੇ ਇਕੱਠੇ ਹੋ ਕੇ ਸਿੱਧਾ ਡਾਇਰੈਕਟਲੀ ਸੁਪਰੀਮ ਕੋਰਟ ਪਹੁੰਚ ਗਏ। ਉਹ ਸੁਪਰੀਮ ਕੋਰਟ ਉਹਨਾਂ ਨੇ SLP ਰਿਟ ਪਟੀਸ਼ਨ ਫਾਈਲ ਕੀਤਾ, ਜਿਹ 'ਚ ਮੈਂ ਵੀ ਐਪਲੀਕੇਸ਼ਨ ਦਿੱਤੀ ਪਾਰਟੀ ਬਣਨ ਦੀ ਵੀ ਕੋਈ ਜਿਹੜਾ ਆਰਡਰ ਹੈ ਕੋਈ ਗਲਤ ਨਾ ਹੋ ਜਾਏ, ਕਿਉਂਕਿ ਜੇ ਹਾਈ ਸੁਪਰੀਮ ਕੋਰਟ ਤੋਂ ਕੋਈ ਆਰਡਰ ਹੋ ਗਿਆ ਤਾਂ ਹਾਈਕੋਰਟ ਵਾਲਾ ਆਰਡਰ ਜਿਹੜਾ ਹੈ ਉਹ 'ਚ ਮਰਜ ਕਰ ਜਾਏਗਾ। ਹੁਣ ਜਿਹੜੀ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ, ਉੱਥੇ ਕੀ ਹੋਇਆ, ਉੱਥੇ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਕਿ ਤੁਸੀਂ ਹਾਈਕੋਰਟ ਦੇ ਵਿੱਚ ਜਿੱਥੇ ਗਏ ਹੋਏ ਹੋ ਬਿਲਕੁਲ ਠੀਕ ਗਏ ਹੋਏ ਹੋ, ਜਿੱਥੇ ਮਤਲਬ ਆਪਣੇ ਵਾਲੇ ਪੰਜਾਬ ਵਾਲੇ ਪਹਿਲਾਂ ਹੀ ਪਹੁੰਚੇ ਹੋਏ ਨੇ ਦੋਹਰੇ ਬੈਂਚ ਦੇ ਅੱਗੇ, ਅਗਰ ਦੋਹਰਾ ਬੈਂਚ ਵੀ ਤੁਹਾਡੀ ਸੁਣਵਾਈ ਨਹੀਂ ਕਰੂਗਾ ਤੁਸੀਂ ਸੁਪਰੀਮ ਕੋਰਟ ਆ ਜਾਇਓ। ਹੁਣ ਇਹਦਾ ਮਤਲਬ ਇਹ ਥੋੜੋ ਨਾ ਹੋਇਆ ਵੀ ਮਾਪਿਆਂ ਨੂੰ ਵੱਡਾ ਝਟਕਾ। ਬਿਲਕੁਲ, ਮਾਪਿਆਂ ਨੂੰ, ਮਾਪੇ ਕੌਣ ਸੀ ਉਹ? ਉਹ 6-7-8-10 ਲੋਕ ਇਕੱਠੇ ਹੋ ਕੇ ਸੁਪਰੀਮ ਕੋਰਟ ਡਾਇਰੈਕਟ ਚਲੇ ਗਏ। ਅਸੀਂ ਤਾਂ ਪਹਿਲਾਂ ਹੀ ਪੌੜੀ ਦਰ ਪੌੜੀ ਚੜ੍ਹਦੇ ਜਾ ਰਹੇ ਹਾਂ।
ਅਸੀਂ ਪਹਿਲਾਂ ਸਿੰਗਲ ਬੈਂਚ ਦੇ ਅੱਗੇ ਪਟੀਸ਼ਨ ਫਾਈਲ ਕੀਤੀ ਮਾਪਿਆਂ ਵੱਲੋਂ, ਉਹ ਸਾਡੇ 'ਚ ਸਾਨੂੰ ਜਿਹੜੀ ਅਸੀਂ ਜੋ ਕੁਛ ਰਿਲੀਫ ਮੰਗਦੇ ਸੀ ਉਹ ਨਹੀਂ ਮਿਲਿਆ। ਉਸ ਤੋਂ ਬਾਅਦ ਅਸੀਂ ਕਾਨੂੰਨ ਮੁਤਾਬਕ ਡਿਵੀਜ਼ਨ ਬੈਂਚ ਦੇ ਅੱਗੇ ਜਿਹੜੀ ਹੈ ਉਹ ਅਪੀਲ ਦਾਇਰ ਕੀਤੀ, ਉਹ ਪੈਂਡਿੰਗ ਪਈ ਹੋਈ ਹੈ। ਉਹਦੀ 13 ਜੁਲਾਈ ਲਈ ਹਾਈ ਕੋਰਟ ਦੇ ਵਿੱਚ ਅਗਲੀ ਤਰੀਕ ਹੈ ਜਿਹੜੀ ਉਹ ਫਾਈਨਲ ਹੋ ਰੱਖੀ ਹੈ। ਹੁਣ ਇਹ ਗੱਲ ਕਹਿਣਾ ਵੀ ਵੱਡਾ ਝਟਕਾ, ਜਿਹੜੇ ਉਹ ਡਾਇਰੈਕਟ ਬੰਦੇ ਪਹੁੰਚੇ ਸੀ ਪੇਰੈਂਟਸ ਸੁਪਰੀਮ ਕੋਰਟ, ਉਹਨਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਪਹਿਲਾਂ ਹਾਈ ਕੋਰਟ ਜਾਓ, ਤੁਸੀਂ ਡਾਇਰੈਕਟ ਇੱਥੇ ਨਹੀਂ ਆ ਸਕਦੇ। ਅਗਰ ਹਾਈ ਕੋਰਟ ਕਿਸੇ ਵੀ ਧਿਰ ਦੇ ਵਰਖਿਲਾਫ ਕਰਦੀ ਹੈ ਉਹਦਾ ਸਾਡਾ ਉਦੋਂ ਵੀ ਸਾਡਾ ਰਾਈਟ ਹੈ, ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ। ਹੁਣ ਇਹ ਗੱਲ ਜਿਹੜੀ ਹੈ ਇਹ ਮੀਡੀਆ 'ਚ ਜਾਂ ਨਿਊਜ਼ ਚੈਨਲ ਦੇ ਵਿੱਚ ਇਹ ਦੇਣੀ ਮੇਰੇ ਅਕੋਰਡਿੰਗਲੀ ਉਚਿਤ ਨਹੀਂ ਹੈ। ਸੋ ਇਹ ਸਾਰੇ ਸਰੋਤਿਆਂ ਨੂੰ ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਤੁਹਾਡਾ ਜਿਹੜਾ ਇੰਟਰਸਟ ਹੈ ਬਿਲਕੁਲ ਪ੍ਰੋਟੈਕਟਿਡ ਹੈ, ਤੁਸੀਂ ਬਿਲਕੁਲ ਸਹੀ ਸਟੈਪ ਤੇ ਦਿਸ਼ਾ 'ਚ ਜਾ ਰਹੇ ਹੋ। ਸਾਰਿਆਂ ਨੂੰ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਜੋ ਮੇਰੇ ਨਾਲ ਜੁੜੇ ਹੋਏ ਨੇ, ਉਹ ਮੈਂ ਬਿਲਕੁਲ ਵੀ ਮੈਂ ਤਾਂ ਲੀਗਲੀ ਕੰਮੇ ਲੀਗਲ ਕਰਦਾ। ਹੁਣ ਹਾਈ ਕੋਰਟ ਦਾ ਡਿਵੀਜ਼ਨ ਬੈਂਚ ਮੈਂ ਉਦੋਂ ਵੀ ਦੱਸਿਆ ਵੀ ਸਾਡਾ ਰਾਈਟ ਟੂ ਅਪੀਲ ਐਂਡ ਵੀ ਪ੍ਰੈਫਰਡ ਦੀ ਅਪੀਲ ਵਿਦ ਇਨ ਟਾਈਮ, 30 ਦਿਨ ਦਾ ਟਾਈਮ ਸੀ, ਇੱਕੋ ਹਫਤੇ 'ਚ ਅਸੀਂ ਤਿਆਰ ਕਰਕੇ ਮੈਂ ਇਹਨਾਂ ਵੱਲੋਂ ਫਾਈਲ ਕਰਤੀ। ਮੰਡੇ ਲਈ ਉਹਦੀ 13 ਜੁਲਾਈ ਲਈ ਸੁਣਵਾਈ ਆ ਅਗਲੀ। ਸੁਪਰੀਮ ਕੋਰਟ ਨੇ ਕੋਈ ਏਦਾਂ ਦਾ ਗੱਲ ਨਹੀਂ, ਪੇਰੈਂਟਸ ਨੂੰ ਝਟਕਾ ਨਹੀਂ ਦਿੱਤਾ, ਜਿਹੜੇ ਡਾਇਰੈਕਟ ਉੱਥੇ ਪਹੁੰਚੇ ਸੀ ਸੁਪਰੀਮ ਕੋਰਟ ਉਹਨਾਂ ਨੂੰ ਰਸਤਾ ਦੱਸਿਆ ਵੀ ਤੁਸੀਂ ਪਹਿਲਾਂ ਹਾਈ ਕੋਰਟ 'ਚ ਜਾ ਕੇ ਅਪਰੋਚ ਕਰੋ, ਉਸ ਤੋਂ ਬਾਅਦ ਅਗਰ ਕੋਈ ਤੁਹਾਡੇ ਅਗੇਂਸਟ ਆਊਗਾ ਤਾਂ ਤੁਸੀਂ ਫਿਰ ਦੁਬਾਰਾ ਆ ਸਕਦੇ ਹੋ। ਜੀ, ਮਤਲਬ ਕਿ ਸ਼ਬਦਾਂ ਦਾ ਹੇਰ ਫੇਰ ਹੈ, ਹੈਡਿੰਗ ਲੱਗ ਗਈ ਕਿ ਸੁਪਰੀਮ ਕੋਰਟ ਤੋਂ ਮਾਪਿਆਂ ਨੂੰ ਝਟਕਾ, ਸ਼ਬਦਾਂ ਦਾ ਹੇਰ ਫੇਰ ਹੈ ਨਾ, ਬਸ ਇਹੀ ਜਿਵੇਂ ਤੁਸੀਂ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ, ਇੱਕ ਚੰਗੇ ਤਰੀਕੇ ਨਾਲ ਮੇਰੇ ਹਿਸਾਬ ਨਾਲ ਮਾਪੇ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਉਹ ਸਮਝ ਗਏ ਹੋਣੇ ਕਿ ਸੁਪਰੀਮ ਕੋਰਟ ਨੇ ਸਿਰਫ ਇੰਨੇ ਕੁ ਨਿਰਦੇਸ਼ ਦਿੱਤੇ ਨੇ ਕਿ ਤੁਸੀਂ ਹਾਈ ਕੋਰਟ ਦੇ ਜ਼ਰੀਏ ਜਿਹੜਾ ਜੋ ਚੱਲ ਰਿਹਾ ਉੱਥੇ ਜਾ ਕੇ ਸੁਣਵਾਈ ਹੋਵੇ, ਉਸ ਤੋਂ ਬਾਅਦ ਮਤਲਬ ਕਿ ਜਾ ਸਕਦੇ ਨੇ ਸੁਪਰੀਮ ਕੋਰਟ ਜੇ ਹਾਈ ਕੋਰਟ ਦੇ ਵਿੱਚ ਕੋਈ ਫੈਸਲਾ ਨਹੀਂ ਹੁੰਦਾ। ਜੀ, ਹੁਣ ਡਿਵੀਜ਼ਨ ਬੈਂਚ ਦਾ ਕੋਈ ਫੈਸਲਾ ਮੰਨ ਲਓ ਮਾਪਿਆਂ ਨੂੰ ਨਹੀਂ ਸਹੀ ਆਉਂਦਾ, ਉਹ ਤੋਂ ਬਾਅਦ ਸੁਪਰੀਮ ਕੋਰਟ ਜਾ ਸਕਦੇ ਨੇ ਫਿਰ। ਹੁਣ ਕੁਐਸਚਨ ਇਹ ਹੈ ਕਿ ਵੀ ਜਿਹੜਾ ਆਰਡਰ, ਜਿਹੜਾ ਸਟੈਪ, ਜਿਹੜੀ ਪੌੜੀ ਕਾਨੂੰਨ ਨੇ ਬਣਾਤੀ, ਜੇ ਉਹਨੂੰ ਕੋਈ ਜੰਪ ਕਰਕੇ ਜਾਂਦਾ ਹੈ ਤਾਂ ਮਤਲਬ ਹਾਂ, ਸੁਪਰੀਮ ਕੋਰਟ ਕਰ ਸਕਦੀ ਸੀ ਐਂਟਰਟੇਨ ਉਹ ਪਟੀਸ਼ਨ, ਪਰ ਸੁਪਰੀਮ ਕੋਰਟ ਨੂੰ ਜਦੋਂ ਮਤਲਬ ਯੂਨੀਅਨ ਆਫ ਇੰਡੀਆ ਨੇ ਵੀ ਕਲੈਰੀਫਾਈ ਕੀਤਾ ਕਿ ਹਰ ਇੱਕ ਸਟੇਟ ਦਾ ਆਪਣਾ ਐਕਟ ਬਣਿਆ ਹੋਇਆ, ਆਪਣੀ ਹਰ ਹਰ ਸਟੇਟ ਦੇ ਵਿੱਚ ਅਲੱਗ ਫੀਸ ਸਟਰਕਚਰ ਹੈ, ਇਹ ਜਦੋਂ ਪੂਰੀ ਦੱਸਿਆ ਗਿਆ ਸੁਪਰੀਮ ਕੋਰਟ ਨੇ ਮਤਲਬ ਇਹ ਐਪਰੋਪ੍ਰੀਏਟ ਸਮਝਿਆ। ਕਿਉਂਕਿ ਇੱਕ ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦਾ, ਇੱਕ ਉੱਤਰਾਖੰਡ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦਾ ਫੈਸਲਾ ਸੀ ਜੋ ਪ੍ਰਾਈਵੇਟ ਅਨਏਡਡ ਸਕੂਲਸ ਨੇ ਚੈਲੰਜ ਕੀਤਾ ਹੋਇਆ ਸੀ ਸੁਪਰੀਮ ਕੋਰਟ, ਉਹ ਲੱਗਾ ਹੋਇਆ ਸੀ 6 ਜੁਲਾਈ ਨੂੰ ਸੁਪਰੀਮ ਕੋਰਟ 'ਚ। ਸੁਪਰੀਮ ਕੋਰਟ ਨੇ ਉਹਦੇ 'ਚ ਵੀ ਇਹੀ ਗੱਲ ਕਹਿਤੀ, ਇੱਕ ਤਾਂ ਉਹਦੇ ਵਿੱਚ ਡਿਵੀਜ਼ਨ ਬੈਂਚ ਦਾ ਫਾਈਨਲ ਆਰਡਰ ਆ ਗਿਆ ਸੀ, ਇੱਕ ਉੱਤਰਾਖੰਡ ਹਾਈ ਕੋਰਟ ਨੇ ਕੋਈ ਹੋਰ ਫੈਸਲਾ ਕਰਤਾ ਸੀ। ਪ੍ਰਾਈਵੇਟ ਅਨਏਡਡ ਸਕੂਲਸ ਨੂੰ ਸੁਪਰੀਮ ਕੋਰਟ ਨੇ 6 ਜੁਲਾਈ 2020 ਨੂੰ ਉਹਨਾਂ ਨੂੰ ਵੀ ਉੱਤਰਾਖੰਡ ਹਾਈ ਕੋਰਟ ਭੇਜਤਾ ਵੀ ਤੁਸੀਂ ਉੱਥੇ ਜਾ ਕੇ ਲੜ ਸਕਦੇ ਹੋ। ਉਹ ਨਿਊਜ਼ ਮੀਡੀਆ 'ਚ ਨਹੀਂ ਚੱਲੀ, ਕਿਉਂ ਫਲੈਸ਼ ਨਹੀਂ ਹੋਈ ਇਹਦੇ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਜਦੋਂ 6 ਤਰੀਕ ਨੂੰ ਪ੍ਰਾਈਵੇਟ ਅਨਏਡਡ ਸਕੂਲਸ ਉੱਤਰਾਖੰਡ ਡਿਵੀਜ਼ਨ ਬੈਂਚ ਦੇ ਹਾਈ ਕੋਰਟ ਦੇ ਆਰਡਰ ਦੇ ਬਰਖਿਲਾਫ਼ ਜਦੋਂ ਸੁਪਰੀਮ ਕੋਰਟ ਗਏ ਸੀ, ਸੁਪਰੀਮ ਕੋਰਟ ਨੇ ਉਹਨਾਂ ਨੂੰ ਵੀ ਮਤਲਬ ਕਿਹਾ ਕਿ ਵੀ ਤੁਸੀਂ ਉੱਤਰਾਖੰਡ ਹਾਈ ਕੋਰਟ ਦੇ ਅੱਗੇ ਅਪਰੋਚ ਕਰੋ, ਕਿਉਂਕਿ ਉਹਨਾਂ ਨੇ ਉੱਤਰਾਖੰਡ ਹਾਈ ਕੋਰਟ ਨੇ ਫਾਈਨਲ ਡਿਸੀਜਨ ਕਰਤਾ ਸੀ ਉਦੋਂ ਤੱਕ। ਹੁਣ ਜਦੋਂ ਮਤਲਬ ਇਹ ਪੇਰੈਂਟਸ ਵਾਲਾ ਮੈਟਰ ਲਿਸਟ ਹੋਇਆ ਐਪੈਕਸ ਕੋਰਟ ਦੇ ਅੱਗੇ, ਤੇ ਉਹਦੀ ਸ਼ਬਦਾਂ ਦੀ ਹੇਰ ਫੇਰ ਵੀ ਕਿੱਦਾਂ ਹੋਣੀ ਬਣਦੀ ਹੈ, ਕਿਉਂਕਿ ਬੜਾ ਸੈਂਸਿਟਿਵ ਇਸ਼ੂ ਹੈ ਜੀ। ਤੁਸੀਂ ਦੇਖੋ ਪੇਰੈਂਟਸ ਨੂੰ, ਪੇਰੈਂਟਸ ਦੀਆਂ ਇੰਨੀਆਂ ਕਾਲਸ ਆ ਰਹੀਆਂ, ਬਗੜੀ ਸਾਹਿਬ ਸੁਪਰੀਮ ਕੋਰਟ ਨੇ ਕੀ ਕੀਤਾ, ਸੁਪਰੀਮ ਕੋਰਟ ਨੇ ਤਾਂ ਕੁਛ ਨਹੀਂ ਕਿਹਾ, ਸੁਪਰੀਮ ਕੋਰਟ ਨੇ ਤਾਂ ਸਗੋਂ ਤੁਹਾਨੂੰ ਇਹ ਕਿਹਾ ਕਿ ਵੀ ਤੁਸੀਂ ਸਹੀ ਜਗ੍ਹਾ ਹੋ। ਤੁਹਾਡਾ ਜਿਹੜਾ ਸਟੈਪ ਹੈ, ਜਿਹੜੇ ਪੰਜਾਬ ਦੇ ਪੇਰੈਂਟਸ ਜੁੜੇ ਹੋਏ ਨੇ ਮੇਰੇ ਨਾਲ ਜੁੜੇ ਨੇ, ਉਹ ਉਹਨਾਂ ਨੂੰ ਇਹ ਉਹਨਾਂ ਲਈ ਤਾਂ ਪੱਕੀ ਮੋਹਰ ਲੱਗ ਗਈ ਵੀ ਤੁਸੀਂ ਸਹੀ ਜਗ੍ਹਾ ਬੈਠੇ ਹੋ, ਤੁਸੀਂ ਸਹੀ ਜਗ੍ਹਾ ਜਿਹੜਾ ਹੈ ਅਪਰੋਚ ਕੀਤਾ ਹੋਇਆ, ਅਪੀਲ ਦਾਇਰ ਕੀਤੀ ਹੋਈ ਹੈ ਜੀ। ਬਾਗੜੀ ਸਾਹਿਬ, ਹੁਣ ਇਹ ਦੱਸੋ ਕਿ ਤੁਹਾਡੇ ਤੱਕ ਕਿਸੇ ਮਾਪੇ ਨੇ ਇਸ ਗੱਲ ਦੀ ਪਹੁੰਚ ਕੀਤੀ ਕਿ ਕੋਈ ਪ੍ਰਾਈਵੇਟ ਸਕੂਲ ਵਾਲਾ ਹੁਣ ਪਰੇਸ਼ਾਨ ਕਰ ਰਿਹਾ ਕਿ ਸੁਪਰੀਮ ਕੋਰਟ ਦੀ ਉਸ ਗਾਈਡਲਾਈਨ ਨੂੰ ਲੈ ਕੇ ਕਿ ਜੀ ਸ਼ਾਇਦ ਸਾਡੇ ਹੱਕ ਦੇ ਵਿੱਚ ਫੈਸਲਾ ਆ ਗਿਆ ਜੀ? ਦੇਖੋ, ਹੁਣ ਵੀ ਬਹੁਤ ਪਰੇਸ਼ਾਨ ਕਰ ਰਹੇ ਆ, ਪਰੇਸ਼ਾਨ ਪਹਿਲਾਂ ਤੋਂ ਕਰ ਰਹੇ ਆ। ਮੈਂ ਤੁਹਾਨੂੰ ਇੱਕ ਬਰੀਫ ਕਰ ਦੇਣਾ ਚਾਹੁੰਦਾ, ਪੰਜਾਬ ਗਵਰਨਮੈਂਟ ਨੇ 14/5/2020 ਨੂੰ ਆਰਡਰ ਕੀਤਾ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਟਿਊਸ਼ਨ ਫੀ ਲੈ ਲਓ ਫਿਲਹਾਲ, ਤੇ ਜਿਹੜੇ ਹੋਰ ਚਾਰਜਸ ਨੇ ਜਿਵੇਂ ਐਡਮਿਸ਼ਨ ਚਾਰਜਸ ਨੇ, ਜਦੋਂ ਲੋਕਡਾਊਨ ਓਪਨ ਹੋ ਜਾਏਗਾ, ਨਾਰਮਲ ਕੰਡੀਸ਼ਨ ਪ੍ਰਵੇਲ ਕਰ ਜਾਏਗੀ, ਉਹਦੇ 1 ਮਹੀਨੇ ਤੋਂ ਅੰਦਰ ਅੰਦਰ ਬਾਅਦ 'ਚ ਲੈ ਲਿਓ ਤੁਸੀਂ ਇਨ ਫਿਊਚਰ।
ਉਹ ਜਿਹੜਾ ਆਰਡਰ ਵੀ ਕਰਨਾ ਪਿਆ ਸੀ ਪੰਜਾਬ ਗਵਰਨਮੈਂਟ ਨੂੰ, ਪੇਰੈਂਟਸ ਦੀਆਂ ਕੰਪਲੇਂਟਾਂ, 5-5 ਹਜ਼ਾਰ ਕੰਪਲੇਂਟਾਂ ਪਹੁੰਚੀਆਂ ਸੀ ਤਦ ਉਹਨਾਂ ਨੇ ਆਰਡਰ ਕੀਤਾ। ਉਸ ਤੋਂ ਪਹਿਲਾਂ ਵੀ 2 ਆਰਡਰ ਪੰਜਾਬ ਗਵਰਨਮੈਂਟ ਨੇ ਕੀਤੇ ਨੇ, ਉਹਦੇ 'ਚ ਵੀ ਲਿਖਿਆ ਹੋਇਆ ਵੀ ਪੇਰੈਂਟਸ ਨੂੰ ਪਰੇਸ਼ਾਨ ਕਰ ਰਹੇ ਨੇ ਸਕੂਲ, ਇਸ ਕਰਕੇ ਪੰਜਾਬ ਗਵਰਨਮੈਂਟ ਨੇ ਫੈਸਲੇ ਸਕੂਲਾਂ ਦੇ ਬਰਖਿਲਾਫ ਲੈਣੇ ਪਏ, ਮਜਬੂਰ ਹੋ ਕੇ ਲੈਣੇ ਪਏ। ਹੁਣ ਮੈਂ ਤੁਹਾਨੂੰ ਦੱਸਦਾ ਇਸ਼ੂ ਕੀ ਹੈ। ਇਸ਼ੂ ਇਹ ਹੈ ਕਿ COVID-19 ਦੀ ਵਜ੍ਹਾ ਨਾਲ ਬਿਜ਼ਨਸ ਠੱਪ ਹੋ ਗਏ, ਬਿਲਕੁਲ ਪੇਰੈਂਟਸ ਕੋਲ ਸਾਰੇ ਜਦੋਂ ਬਿਜ਼ਨਸ ਹੀ ਬੰਦ ਪਏ ਨੇ ਸਕੂਲ ਵੀ ਬੰਦ ਪਏ ਹੋਏ ਨੇ। ਹੁਣ ਜਿਹੜੀ ਜਦੋਂ ਵੀ ਇਦਾਂ ਦੀ ਸਿਚੁਏਸ਼ਨ ਆਉਂਦੀ ਹੈ, ਹੁਣ ਤੁਸੀਂ ਆਪਾਂ ਸਾਰੇ ਲੋਕ ਜਿੱਥੇ ਦਿਲ ਕਰਦਾ ਸੀ ਜਾਂਦੇ ਸੀ, ਜਿੱਥੋਂ ਜੀ ਕਰਦਾ ਸੀ ਆਉਂਦੇ ਸੀ, ਜਦੋਂ ਦਾ COVID-19 ਦੀ ਸਿਚੁਏਸ਼ਨ ਆਈ ਹੈ ਤੁਹਾਡੇ ਫੰਡਾਮੈਂਟਲ ਰਾਈਟਸ ਵੀ ਜਿਹੜੇ ਆ ਗਵਰਨਮੈਂਟ ਨੇ ਰਿਸਟ੍ਰੇਨ ਕਰਤੇ, ਤੁਹਾਨੂੰ ਚਾਰ ਦੀਵਾਰੀ, ਘਰ ਦੀ ਚਾਰ ਦੀਵਾਰੀ ਦੇ ਅੰਦਰ ਬਿਠਾ ਤਾ ਕਿ ਨਹੀਂ ਬਿਠਾਇਆ। ਬਿਲਕੁਲ ਉਹ ਕਿਉਂ ਬਿਠਾਇਆ? ਕਿਉਂਕਿ COVID-19 ਕਰਕੇ 2 ਐਕਟ ਇੰਪਲੀਮੈਂਟ ਹੁੰਦੇ ਆ, ਇੱਕ ਤਾਂ ਐਪੀਡੈਮਿਕ ਡਿਸੀਜ਼ ਐਕਟ, ਇੱਕ ਡਿਜ਼ਾਸਟਰ ਮੈਨੇਜਮੈਂਟ ਐਕਟ। ਇਹ ਦੋਹੇ ਐਕਟ ਦੇ ਵਿੱਚ ਗਵਰਨਮੈਂਟ ਕੋਲ ਪਾਵਰ ਹੈ, ਉਹ ਕੋਈ ਵੀ ਆਰਡਰ ਪਬਲਿਕ ਸੇਫਟੀ ਲਈ ਪਾਸ ਕਰ ਸਕਦੀ ਹੈ। ਹੁਣ ਸਕੂਲਾਂ ਵਾਲੇ ਕੀ ਕਹਿੰਦੇ ਪਏ ਨੇ? ਸਕੂਲਾਂ ਵਾਲੇ ਕਹਿੰਦੇ ਨੇ ਜੀ ਅਸੀਂ ਮਤਲਬ ਇਹ ਚਾਰਜਸ ਸਾਡੇ ਅਸੀਂ ਸਾਡੀ ਇਲੈਕਟ੍ਰਿਸਿਟੀ ਜਾਂ ਕੋਈ ਵੀ ਚਾਰਜਸ ਜਿਹੜੇ ਨੇ ਉਹ ਲੱਗ ਰਹੇ ਨੇ। ਜਦੋਂ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਯੂਟੀਲਾਈਜ਼ ਨਹੀਂ ਕੀਤਾ, ਕੀ ਕੋਈ ਏਦਾਂ ਦਾ ਕੋਈ ਵੀ ਕਾਨੂੰਨ ਨਹੀਂ ਹੈ ਜਿਹੜੀ ਸਰਵਿਸ ਤੁਸੀਂ ਯੂਟੀਲਾਈਜ਼ ਨਹੀਂ ਕੀਤੀ ਉਹਦੇ ਲਈ ਤੁਹਾਨੂੰ ਕੰਪੈਲ ਕੀਤਾ ਜਾਵੇ? ਬੱਚਿਆਂ ਨੇ, ਪੇਰੈਂਟਸ ਨੇ ਉਦੋਂ ਐਡਮਿਸ਼ਨ ਦਵਾਈ ਸੀ ਬੱਚਿਆਂ ਨੂੰ ਜਦੋਂ ਉਹਨਾਂ ਦੀ ਇਨਕਮ ਜਿਹੜੀ ਸੀ ਸਥਿਰ ਸੀਗੀ, ਲੱਖ ਰੁਪਇਆ ਆਪਣੇ ਮਤਲਬ ਜੇਬ ਦੇ ਮੁਤਾਬਕ ਉਹਨਾਂ ਨੇ ਜਿਹੜੀ ਹੈ ਐਡਮਿਸ਼ਨ ਦਿਲਵਾਈ ਸੀ। ਹੁਣ ਤੱਕ ਬੱਚਿਆਂ ਦੇ ਪੇਰੈਂਟਸ ਪੇ ਕਰਦੇ ਆਏ ਨੇ। ਇਹ ਸਿਚੁਏਸ਼ਨ ਜੇ ਏਦਾਂ ਦੀ ਰਾਈਜ਼ ਹੋਈ ਹੈ, ਪਹਿਲਾਂ ਤਾਂ ਸਕੂਲ ਵਾਲਿਆਂ ਨੂੰ ਖੁਦ ਹੀ ਸਮਝਣਾ ਚਾਹੀਦਾ ਕਿ ਵੀ ਇਹ ਕੋਈ ਜਾਣ ਬੁੱਝ ਕੇ ਥੋੜੋ ਨਾ ਕਰਦੇ ਨੇ। ਹੁਣ ਇੱਕ ਜਿਹੜਾ ਸਕੂਲ ਹੈ ਉਹ ਚੈਰੀਟੇਬਲ ਇੰਸਟੀਟਿਊਸ਼ਨ ਹੈ, ਉਹ ਕੋਈ ਤੁਹਾਡੀ ਦੁਕਾਨ ਨਹੀਂ ਜਾਂ ਮਾਲ ਨਹੀਂ, ਤੁਸੀਂ ਤੁਸੀਂ ਪ੍ਰੋਫਿਟ ਵਾਲੀ ਤਾਂ ਗੱਲੇ ਨਹੀਂ ਕਰ ਸਕਦੇ ਨਾ। ਹੁਣ ਸਾਰਾ ਇਹਦੇ ਵਿੱਚ ਅਸੀਂ ਕਲੈਰੀਫਾਈ ਕੀਤਾ ਸੀ ਵੀ ਜਿਹੜੇ ਹੁਣ ਛੋਟੇ ਬੱਚੇ ਨੇ ਇਹਨਾਂ ਦੀਆਂ ਜਿਹੜੇ ਗੈਜਟਸ ਨੇ ਪੇਰੈਂਟਸ ਤੇ ਉਹਨਾਂ ਨੂੰ ਮੋਬਾਈਲ ਤੇ ਉਹ ਸਾਰਾ ਕੁਝ ਦੇਣਾ ਪੈ ਰਿਹਾ। ਉਸ ਤੋਂ ਬਿਨਾਂ ਵੀ ਜਿਹੜੀ ਦੂਜੀ ਸਿਚੁਏਸ਼ਨ ਹੈ, ਪੇਰੈਂਟਸ ਨੂੰ ਟੀਚਰ ਦਾ ਕੰਮ ਵੀ ਕਰਨਾ ਪੈ ਰਿਹਾ, ਪੜ੍ਹਾਉਣਾ ਵੀ ਪੈ ਰਿਹਾ, ਕਿਉਂਕਿ ਇੰਨੇ ਪੋਸੀਬਿਲਿਟੀ ਹੈ ਨਹੀਂ, 30-30 ਬੱਚੇ ਬੈਠੇ ਜਿਹੜੇ ਨੇ ਉਹ ਕਿੱਦਾਂ ਆਨਲਾਈਨ ਕਲਾਸਿਸ ਫਲੂਐਂਟਲੀ ਲੈ ਸਕਦੇ ਨੇ। ਪਰ ਬਾਕੀ ਹਾਈ ਜੀ ਕੋਰਟ ਦੇ ਇਹ ਤਾਂ ਚਲੋ ਤੁਹਾਡੀ ਗੱਲ ਠੀਕ ਹੈ, ਮਾਪਿਆਂ ਨੂੰ ਵੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ, ਕਿਸੇ ਨੂੰ ਮੋਬਾਈਲ ਲੈ ਕੇ ਦੇਣਾ ਪੈ ਰਿਹਾ ਬੱਚਿਆਂ ਨੂੰ, ਪਰਿਵਾਰ 'ਚ ਇੰਟਰਨੈਟ ਦੀ ਜਿਹੜੀ ਸੁਵਿਧਾ ਉਹ ਵੀ ਲਿਆਉਣੀ ਪੈ ਰਹੀ ਹੈ ਤਾਂ ਕਿ ਬੱਚਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਪਰ ਦੂਜੀ ਗੱਲ, ਜੇ ਆਪਾਂ ਇੱਥੇ ਇਕੱਲੀ ਸਕੂਲਾਂ ਦੇ ਆਪਾਂ ਖਿਲਾਫ਼ ਜੇ ਨਾ ਚੱਲੀਏ, ਇੱਕ ਹੋਰ ਗੱਲ ਜੇ ਆਪਾਂ ਉਹਨਾਂ ਦੇ ਹੱਕ ਦੀ ਵੀ ਗੱਲ ਕਰੀਏ ਤਾਂ ਉਹਨਾਂ ਦਾ ਕਿੱਦਾਂ ਹੱਲ ਹੋ ਸਕਦਾ? ਦੇਖੋ ਉਹ ਵੀ ਤਾਂ ਉਹਨਾਂ ਨੇ ਵੀ ਤਾਂ ਤਨਖਾਹਾਂ ਅੱਗੇ ਦੇਣੀਆਂ, ਉਹਦਾ ਕੋਈ ਮਤਲਬ ਕਿ ਕੀ ਚਾਹੁੰਦੇ ਕੀ ਨੇ ਮਾਪੇ, ਅਤੇ ਸਕੂਲਾਂ ਦੇ ਨਾਲ ਕਿਵੇਂ ਇਸ ਗੱਲ ਦਾ ਸਮਝੌਤਾ ਹੋ ਸਕਦਾ? ਦੇਖੋ ਮੈਂ ਤੁਹਾਨੂੰ ਇਹ ਦੱਸਦਾ ਵੀ ਜਦੋਂ ਸਭ ਤੋਂ ਪਹਿਲਾਂ ਜਿਹੜਾ ਕੇਸ ਦਾਇਰ ਕੀਤਾ ਸੀ ਉਹ ਮੋਹਾਲੀ ਦੇ ਸਕੂਲ ਸੀਗੇ, 9 ਪਟੀਸ਼ਨਰ ਸੀ, ਉਹਨਾਂ ਦੇ 70 ਸਕੂਲ ਨੇ ਪ੍ਰਾਈਮ ਜਿਹੜੇ ਮਤਲਬ ਮੋਹਾਲੀ 'ਚ ਜਾਂ ਜਿਹੜੀਆਂ ਮੈਟਰੋ ਸਿਟੀਜ਼ ਨੇ ਉੱਥੇ ਉੱਥੇ ਸਕੂਲ ਨੇ ਉਹਨਾਂ ਦੇ। ਮੈਂ ਇੱਕ ਸਕੂਲ ਦੀ ਤੁਹਾਨੂੰ ਐਗਜ਼ਾਮਪਲ ਦਿੰਦਾ ਜਿਹੜੀ ਮੈਂ ਔਨ ਰਿਕਾਰਡ ਵੀ ਰੱਖੀ ਆ, ਪੰਜਾਬ ਸਰਕਾਰ ਨੇ ਵੀ ਉਹਦਾ ਡਾਟਾ ਪੂਰਾ ਲਾਇਆ। ਉਸ ਤੋਂ ਬਾਅਦ ਉਹਦੇ ਕੋਲੇ ਉਹ ਸਕੂਲ ਦੇ ਵਿੱਚ 1900 ਤੋਂ ਲੈ ਕੇ 2000 ਬੱਚਾ ਹੈ, ਔਰ ਜਿਹੜੀ ਉੱਥੇ ਟਿਊਸ਼ਨ ਫੀ ਹੈ ਸਿਰਫ ਟਿਊਸ਼ਨ ਫੀ ਉਹ 5750 ਤੋਂ ਲੈ ਕੇ 6000 ਰੁਪਏ ਤੱਕ ਹੈ। ਜੇ ਉਹਨਾਂ ਨੂੰ ਸਿਰਫ ਟਿਊਸ਼ਨ ਫੀ ਲੈਣ ਲਈ ਕਹਿੰਦੇ ਆ ਤਾਂ ਵੀ ਉਹਨਾਂ ਦਾ 1 ਕਰੋੜ ਸਮਥਿੰਗ ਅਮਾਊਂਟ ਆ ਜਿਹੜੀ ਘੱਟੋ ਘੱਟ ਮਹੀਨੇ ਦੀ ਬਣਦੀ ਹੈ। ਉੱਥੇ ਜਿਹੜੀ ਸਟਾਫ ਦੀ ਸੈਲਰੀ ਹੈ ਉਹ ਹੈ 20-25 ਲੱਖ ਰੁਪਏ ਦੇ ਕਰੀਬ, ਪੂਰਾ ਸਟਾਫ ਮਤਲਬ ਚਾਹੇ ਟੀਚਰ ਹੈ ਉਹ ਭਾਵੇਂ ਨੋਨ ਟੀਚਿੰਗ ਸਟਾਫ ਹੈ, ਕੰਡਕਟਰ ਵੀ ਜਿੰਨਾ ਵੀ ਸਟਾਫ ਉਹਨਾਂ ਨੇ ਰੱਖਿਆ ਹੋਇਆ। ਮੈਨੇਜਮੈਂਟ ਨੂੰ ਉੱਥੇ ਤੁਸੀਂ ਦੱਸੋ ਵੀ 70 ਲੱਖ ਜਾਂ 65 ਲੱਖ ਰੁਪਇਆ ਬਚਣ ਨੂੰ ਹੈ। ਮੈਂ ਤਾਂ ਇਹੀ ਕੋਰਟ ਦੇ ਅੱਗੇ ਕਿਹਾ ਸੀ ਵੀ ਇਹ ਕੋਰਟ 'ਚ ਚੱਲ ਕੇ ਆਏ ਨੇ, ਜਿੰਨਾ ਸਕੂਲ ਦਾ ਖਰਚਾ ਹੈ ਇਹ ਵੈਬਸਾਈਟ ਤੇ ਪਾਉਣ ਜਾਂ ਇਹ ਦੱਸਣ ਵੀ ਇੰਨਾ ਖਰਚਾ ਹੋ ਰਿਹਾ ਸਾਡਾ ਪ੍ਰਤੀ ਮਹੀਨਾ, ਉਹਨੂੰ ਜਿੰਨੇ ਬੱਚੇ ਨੇ ਜਾਂ ਜਿੰਨੇ ਬੱਚੇ ਆਨਲਾਈਨ ਐਜੂਕੇਸ਼ਨ ਲੈ ਰਹੇ ਨੇ ਉਹ 'ਚ ਡਿਵਾਈਡ ਕਰ ਲੈਣ। ਮੈਂ ਤੁਹਾਨੂੰ ਇੱਥੇ ਜਿੱਥੋਂ ਮੇਰੇ ਤਾਂ ਦਿਲ ਤੇ ਦਿਮਾਗ ਕਹਿੰਦਾ 500 ਜਾਂ 600 ਰੁਪਇਆ ਪ੍ਰਤੀ ਬੱਚਾ ਬਣਦਾ ਨਹੀਂ ਉਹ, ਬਟ ਪਤਾ ਨਹੀਂ ਕੀ ਪ੍ਰੋਬਲਮ ਹੈ ਇਸ ਤੇ ਤਾਂ ਆਏ ਨਹੀਂ ਰਿਹਾ ਕੋਈ। ਸਿਰਫ ਇਹ ਹੈ ਵੀ ਸਾਨੂੰ ਪੈਸੇ ਲੈਣ ਲੈਣ ਲਈ ਅਸੀਂ ਲੈ ਲਈਏ ਪੈਸੇ ਲੈਣ ਲਈ। ਹੁਣ ਕੁਛ ਕੁ ਸਕੂਲ ਇੱਦਾਂ ਦੇ ਨੇ ਜਿਹੜੇ ਬਹੁਤ ਘੱਟ ਚਾਰਜਸ ਨੇ, ਉਹ ਬਾਅਦ 'ਚ ਜਾਣੀ ਕਿ ਜਦੋਂ ਹਾਈਲਾਈਟ ਹੋਇਆ ਇਸ਼ੂ ਉਦੋਂ ਪਤਾ ਚੱਲਿਆ। ਜਿਹੜੇ ਪੇਂਡੂ ਇਲਾਕਿਆਂ ਦੇ ਵਿੱਚ ਸਕੂਲ ਨੇ ਹੈਗੇ ਉਹ ਵੀ ਪ੍ਰਾਈਵੇਟ ਅਨਏਡਡ ਸਕੂਲ ਨੇ, ਉਹਨਾਂ ਨੂੰ ਮੋਹਾਲੀ ਵਾਲੇ ਸਕੂਲਾਂ ਨਾਲ ਕੰਪੇਅਰ ਵੀ ਨਹੀਂ ਕੀਤਾ ਜਾ ਸਕਦਾ। ਗਵਰਨਮੈਂਟ ਨੂੰ ਅਸੀਂ ਇਹੀ ਕਿਹਾ ਸੀ ਵੀ ਇਹਨਾਂ ਤੋਂ ਜਾਂ ਕੋਰਟ ਨੂੰ ਕਿਹਾ ਸੀ ਵੀ ਇਹ ਆਪਣੇ ਕੰਸਰਨਡ
गवर्नमेंट अथॉरिटी नूं अपना पूरा डिटेल देन भी आ साडा खर्चा है। बिल्कुल कोई पेरेंट ये नहीं चाहता भी किसी टीचर नूं सैलरी ना ना मिले, टीचर जिन्नी मेहनत करते हैं उसकी सैलरी मिलनी बनती है। पर क्वेश्चन ये भी है भी जेडे पेरेंट्स का बिजनेस टप हो गया, जॉब्स खत्म हो गई, घर बैठे हुए ने, उन्हां दी हालत जिहड़ी है बहुत बदली है, सानू उहदे बारे भुलना नहीं चाहिए। ये तो कोई है नहीं कोई भी पेरेंट्स जिहड़े ने इहनां कोल जादू की छड़ी है, इहनां कोल पैसे आउंदे ने, बाकी सारे बिजनेस ठप ने। तुसीं खुद कवर कर लो सर मीडिया के थ्रू, जिन्ने रेस्टोरेंट ने जिन्ने बिजनेस ने सर अज वो मंदी च ने। किसी कोल परमानेंट सोर्स ऑफ इनकम हो सकता है, जिवें कोर्ट ने कहा सी मूवेबल इमूवेबल प्रॉपर्टी। हुण तुसीं ये भी देखो ना जिहड़ी सर्विस लईओ नहीं है वो पेरेंट ऐदां किद्दां कहदा पेरेंट स्पैशल, मतलब उहदे कोल कोई स्पैशल पावर है कि उह तों लै लो तुसीं पैसे। पेरेंट बराबर हर चीज का टैक्स पे कर रहा है, हर चीज जे वह एक माचिस की डब्बी लैन जाता है मार्केट च, उहदे च भी एजुकेशन सेस के रूप दे विच टैक्स दे रहा गवर्नमेंट नूं। साडा संविधान कहिंदा आर्टिकल 21 ए कहिंदा कि जिहड़ी 6 to 14 साल के बच्चे की एजुकेशन है वह कंपलसरी भी है तो फ्री भी है, साडा मौलिक अधिकार है। बच्चे घर बैठे हुए ने, स्कूल की बिल्डिंग बंद पई है, एसी बंद पए ने, पखे बंद पए ने, हुण जिहड़ी इह एनुअल चार्जेस ने जां जिहड़े होर चार्जेस ने इहदे विच सारा कुछ इनकलूडड हुंदा है, बिल्डिंग फंड। हुण तुसीं दसो कोई बिल्डिंग यूज नहीं हो रही, इह मतलब इह चैरिटेबल इंस्टीट्यूशन ने, इह समझना चाहिए इस सिचुएशन नूं। ते जिहड़ा तुसीं कह रहे हो भी 6 to 14 साल के बच्चों नूं जिहड़ा उह फ्री है एजुकेशन, इस उत्ते कोई कानून दे उत्ते जाके हाई कोर्ट दे विच अपील नहीं पाई गई कि बाकी तो स्कूलों दे विच फीसां लै ही रहे ने? ਇਹ ਸਾਰਾ ਸਾਰਾ ਮੰਗਿਆ ਕੋਰਟ ਵਿੱਚ ਕਿ ਵੀ ਜਿਹੜੇ 6 to 14 ਸਾਲ ਦੇ ਬੱਚੇ ਨੇ ਇਹ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਹੈ। ਫੰਡਾਮੈਂਟਲ ਰਾਈਟ ਦਾ ਮਤਲਬ ਕੀ ਹੁੰਦਾ ਹੈ? ਫੰਡਾਮੈਂਟਲ ਮਿਲ ਨਹੀਂ ਰਹੀ ਨਾ ਬਾਲੀ ਸਾਹਿਬ, ਉਹ ਤਾਂ ਮਿਲ ਨਹੀਂ ਰਹੀ। ਇਹ ਕਿਹੜੇ ਸਕੂਲਾਂ ਲਈ ਹੈ, ਸਰਕਾਰੀ ਸਕੂਲਾਂ ਲਈ, ਪ੍ਰਾਈਵੇਟ ਲਈ ਕਿ ਸਾਰਿਆਂ ਲਈ? ਮੈਂ ਤੁਹਾਨੂੰ ਡੈਫੀਨੇਸ਼ਨ ਪੜ੍ਹ ਦਿੰਦਾ ਸਰ ਐਕਟ ਦੇ ਚੋਂ, ਜਿਹਦੇ ਵਿੱਚ ਜਿਹੜਾ ਐਕਟ 2009 ਦਾ ਹੈ ਉਹਦਾ ਸਬ ਸੈਕਸ਼ਨ 2 ਸਬ ਕਲੋਜ਼ 20 ਸਬ ਕਲਾਸ 4 ਕਲੀਅਰ ਕਰਦਾ ਕਿ ਪ੍ਰਾਈਵੇਟ ਅਨਏਡਡ ਸਕੂਲ ਵੀ ਇਨਕਲੂਡਡ ਨੇ ਵਿਦਇਨ ਦੀ ਡੈਫੀਨੇਸ਼ਨ ਆਫ ਸਕੂਲ। ਹੁਣ ਗਵਰਨਮੈਂਟ ਨੇ, ਦਿਸ ਇਜ਼ ਵੈਰੀ ਵੈਰੀ ਸੈਂਸਿਟਿਵ ਇਸ਼ੂ ਦੀਸ ਡੇਜ਼, ਇਟ ਇਜ਼ ਟੂ ਬੀ ਐਡਜੂਡੀਕੇਟਡ ਬਾਈ ਦੀ ਕੋਰਟ, ਅਸੀਂ ਮੰਗ ਰਹੇ ਹਾਂ ਇਹ। ਹੁਣ ਜੇ ਪੇਰੈਂਟਸ ਜਾਗੇ ਨੇ ਇਸ ਇਸ਼ੂ ਤੇ, ਅਸੀਂ ਮੈਂ ਤਾਂ ਇਹ ਤੱਕ ਮੇਰਾ ਤਾਂ ਸਟਾਰਟਿੰਗ ਇਹ ਪਟੀਸ਼ਨ ਦੀ ਇੱਥੋਂ ਹੁੰਦੀ ਹੈ, ਸਾਡੇ ਬੱਚਿਆਂ ਨੂੰ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਹੈ ਤੁਸੀਂ ਦੇਣੀ ਤਾਂ ਕੀ ਸੀ, ਸਗੋਂ ਉਲਟ ਕੰਮ ਚੱਲਿਆ ਹੋਇਆ। ਤੁਸੀਂ ਇਹਦਾ ਕਸੂਰਵਾਰ ਕਿਹਨੂੰ ਮੰਨੀਏ, ਸਕੂਲਾਂ ਨੂੰ ਮੰਨੀਏ ਕਿ ਸਰਕਾਰ ਨੂੰ ਮੰਨੀਏ ਜਿਹੜਾ ਇੰਪਲੀਮੈਂਟ ਨਹੀਂ ਹੋ ਰਿਹਾ? ਦੇਖੋ ਇੰਪਲੀਮੈਂਟ ਕਰਨਾ ਗਵਰਨਮੈਂਟ ਨੇ, ਗਵਰਨਮੈਂਟ ਨੇ ਹੀ ਗਰੰਟੀ ਕਰਨੀ ਹੈ। ਗਵਰਨਮੈਂਟ ਦੀ ਜਿਹੜੀ ਰਿਸਪੋਂਸੀਬਿਲਟੀ ਹੈ ਉਹ ਬਹੁਤ ਵੱਡੀ ਰਿਸਪੋਂਸੀਬਿਲਟੀ ਹੋਇਆ ਕਰਦੀ ਹੈ। ਗਵਰਨਮੈਂਟ ਇਹ ਨਹੀਂ ਕਹਿੰਦਾ ਮੈਂ ਪ੍ਰੈਜੈਂਟ ਗਵਰਨਮੈਂਟ ਹੈ, ਹੁਣ ਤੱਕ ਜਿਹੜੀਆਂ ਗਵਰਨਮੈਂਟਸ ਆਈਆਂ ਨੇ, ਹੁਣ ਤਾਂ ਜਿਹੜਾ ਐਕਟ ਵੀ 2016 ਚ ਬਣਿਆ ਰੈਗੂਲੇਟਰੀ ਬਾਡੀ, ਜਿਹਦੇ ਵਿੱਚ ਸਿੰਗਲ ਬੈਂਚ ਨੇ ਕਿਹਾ ਵੀ ਤੁਸੀਂ ਰੈਗੂਲੇਟਰੀ ਬਾਡੀ ਕੋਲ ਵੀ ਜਾ ਸਕਦੇ ਹੋ ਪੇਰੈਂਟਸ। ਹੁਣ ਉਹ ਉਦੋਂ ਦੀ ਸਿਚੁਏਸ਼ਨ ਆ ਜਦੋਂ ਨਾਰਮਲ ਕੰਡੀਸ਼ਨ ਸੀਗੀਆਂ। ਪਰ ਸਕੂਲ ਜਿਹੜੇ ਨੇ ਬਾਗੜੀ ਸਾਹਿਬ, ਇੱਥੇ ਸਕੂਲ ਜਿਹੜੇ ਨੇ ਉਹ ਸਰਕਾਰ ਦੀ ਮੰਨਦੇ ਨਹੀਂ, ਇੱਥੇ ਕਾਨੂੰਨ ਕੀ ਕਹਿੰਦਾ? ਨਹੀਂ ਸਰ ਤੁਸੀਂ ਆਰਡਰ ਪੜ੍ਹੋ, ਮੈਂ ਆਰਡਰ ਪੜ੍ਹ ਦਿੰਦਾ। ਸਕੂਲਾਂ ਨੇ, ਸਕੂਲਾਂ ਦੇ ਅਗੇਂਸਟ ਗਵਰਨਮੈਂਟ ਨੇ ਲਿਖਿਆ ਸੀ ਕਿ ਅਗਰ ਸਕੂਲ ਕੋਈ ਕਤਾਹੀ ਕਰਦਾ, ਜਿਵੇਂ ਕਿਹਾ ਸੀ ਵੀ ਤੁਸੀਂ ਫੀ ਹੈ ਜਿਹੜੀ ਉਹ ਸਿਰਫ ਟਿਊਸ਼ਨ ਫੀ ਲੈਣੀ ਹੈ, ਉਸ ਤੋਂ ਜ਼ਿਆਦਾ ਨਹੀਂ ਲੈਣੀ। ਮੈਂ ਉਹ ਆਰਡਰ 'ਚ ਕਿਹਾ ਵੀ ਅਗਰ ਕੋਈ ਸਕੂਲ ਇਸ ਆਰਡਰ ਦੀ ਤੁਹੀਨ ਕਰਦਾ, ਉਹਦੀ NOC ਕੈਂਸਲ ਕਰਕੇ, ਉਹਦੀ ਰੈਕਗਨੀਸ਼ਨ ਕੈਂਸਲ ਕਰਕੇ, ਕੰਸਰਨਡ ਬੋਰਡ ਤੋਂ ਐਫੀਲੀਏਸ਼ਨ ਕੈਂਸਲ ਕਰਾਉਣ ਲਈ ਲਿਖਿਆ ਜਾਊਗਾ। ਮੈਂ ਆਪਣੀ ਰਿਟ 'ਚ ਮੰਗਿਆ ਵੀ ਜਿਹੜੇ ਆਹ ਮੈਂ ਇੰਨੇ ਕੁ ਸਕੂਲਾਂ ਦਾ ਡਾਟਾ ਲਾ ਰਿਹਾ, ਉਹ ਵਿਦ ਰਿਕਾਰਡ ਲਾਇਆ ਮੈਂ ਕਿ ਵੀ ਇਹਨਾਂ ਬੱਚਿਆਂ ਦੇ ਪੇਰੈਂਟਸ ਤੋਂ ਇਹ ਕਹਿ ਕੇ ਵੀ ਇਹਨਾਂ ਦਾ ਨਾਂ ਕੱਟ ਦਿਆਂ ਕਿ ਪੈਸੇ ਵਸੂਲ ਚੁੱਕੇ ਨੇ ਸਕੂਲ, ਇਹਨਾਂ ਦੇ ਪੈਸੇ ਵੀ ਤੁਸੀਂ ਵਾਪਸ ਕਰਾਓ ਤੇ ਇਹਨਾਂ ਤੇ ਐਕਸ਼ਨ ਵੀ ਲੈਣਾ ਬਣਦਾ। ਇਸੇ ਕਰਕੇ ਤਾਂ ਕੋਰਟ 'ਚ ਖੜੇ ਹੋਏ ਆ। ਗਵਰਨਮੈਂਟ ਕੋਲ ਬਹੁਤ ਪਾਵਰਸ ਨੇ, ਗਵਰਨਮੈਂਟ ਕਰ ਸਕਦੀ ਹੈ। ਜੇ ਸਕੂਲ ਨਹੀਂ ਮੰਨਦਾ ਤਾਂ ਕੋਈ ਸਟ੍ਰਿਕਟ ਆਰਡਰ ਵੀ ਕੀਤਾ ਜਾ ਸਕਦਾ ਸਕੂਲ ਦੇ ਅਗੇਂਸਟ। ਹੁਣ ਸਕੂਲ ਨਹੀਂ, ਗਵਰਨਮੈਂਟ ਕਹੇ ਵੀ ਅਸੀਂ ਇਹ ਐਕਸ਼ਨ ਲੈਂਦੇ ਹਾਂ ਜਾਂ ਕੋਈ ਐਗਜ਼ਾਮਪਲਰੀ ਬਣੇ ਤਾਂ ਨਹੀਂ ਕਰ ਸਕਦੇ ਸਕੂਲ, ਇੱਦਾਂ ਦਾ ਕੋਈ ਇਸ਼ੂ ਨਹੀਂ ਵੀ ਜਿੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਖਰਾਬ ਹੋਵੇ। ਬਿਲਕੁਲ। ਇੱਕ ਦੂਜੀ ਗੱਲ ਇਹ ਦੱਸੋ ਕਿ ਮਾਪੇ ਤੁਹਾਡੇ ਤੱਕ ਪਹੁੰਚਦੇ ਨੇ, ਮਾਪਿਆਂ ਨੇ ਕਿਤੇ ਇਸ ਚੀਜ਼ ਦਾ ਕੋਈ ਸਬਕ ਨਹੀਂ ਲਿਆ ਜਾਂ ਸਰਕਾਰਾਂ ਨੇ ਸਬਕ ਨਹੀਂ ਲਿਆ ਕਿ ਜੇ ਸਰਕਾਰੀ ਸਕੂਲ ਚੱਜਦੇ ਹੁੰਦੇ ਤਾਂ ਅੱਜ ਮਾਪੇ ਹਾੜੇ ਨਾ ਕੱਢਦੇ, ਸਰਕਾਰ ਦੇ ਅੰਡਰ ਹੁੰਦਾ, ਸਰਕਾਰ ਆਪਣੇ ਆਪ ਫੈਸਲਾ ਲੈਂਦੀ? ਇਹ ਇਹ ਬਹੁਤ ਇਹ ਇਹਦੇ ਤੇ ਬਹੁਤ ਡਿਸਕਸ਼ਨ ਹੋਈ ਹੈ ਥੀਸ ਡੇਜ਼ ਨਾਓ, ਪੇਰੈਂਟਸ ਵਾਂਟ ਟੂ ਡਿਸਕਸ ਦੀ ਇਸ਼ੂ ਵੀ। ਹਾਂ ਤੁਸੀਂ ਦੇਖੋ ਜਿਹੜੇ ਗਵਰਨਮੈਂਟ ਸਕੂਲ ਹੈ, ਗਵਰਨਮੈਂਟ ਸਕੂਲ ਦਾ ਟੀਚਰ ਤੁਹਾਨੂੰ ਕੀ ਲੱਗਦਾ ਹੈ ਘੱਟ ਕੁਆਲੀਫਾਈਡ ਹੈ? ਬਿਲਕੁਲ। ਟੀਚਰਸ
हो सकता है प्राइवेट अनएडेड स्कूल दे विच कोई टीचर घट क्वालिफाइड होवे, गवर्नमेंट स्कूल दे विच तां जिहड़ा टीचर आना है उहदी पूरी स्क्रूटनी होण तों बाद आना है ना, उहदी क्वालिफिकेशन देखी जांदी है, टीईटी पास है कि नहीं है वह देखा जाता है। सर तुसीं, मैं किसी पर्टिकुलर स्टेट का नाम नहीं लेना चाहता, गवर्नमेंट स्कूल दे विच कई बार इदां दे अच्छे स्कूल ने उत्थे लाइन लगती है स्कूल गवर्नमेंट स्कूल दे विच एडमिशन लैण लई, इदां दा इशू नहीं है, बहुत अच्छे टीचर्स ने साडे कोले, गवर्नमेंट स्कूल दे टीचर्स बहुत अच्छे ने, मतलब कोई चैकअप होना इदां दा चाहिए, मैकानिज्म बन जाए कोई, चलो लेट्स होप फॉर दी बेस्ट इन फ्यूचर हो जाए कभी। बिल्कुल, पंजाब दे भी कुछ एक स्कूल इहो जिहे हैगे ने, असीं भी रिपोर्टां देखियां पढ़ियां सुनियां ने, पंजाब दे भी कुछ सरकारी स्कूल इहो जिहे हैगे ने जिन्हां दी मिसाल दित्ती जांदी है, पर सारे स्कूल नहीं ना हैगे, इसे करके मापे परेशान हुंदे ने। एक होर गल दूजी इह भी है कि जिहड़े टीचर्स सरकारी बागड़ी साहिब पढ़े ने स्कूलां दे विच पढ़ा रहे ने उह भी साडे तुहाडे विचों ही ने, बच्चे उन्हां दे अपने प्राइवेट स्कूलों विच ने, हुण शायद उन्हां दे भी दिमाग विच इह गल आ गई होणी कि असीं प्राइवेट स्कूलों नाल इन्ना मत्था मार रहे हाँ, जे कितें असीं अपने जिहड़े स्कूलों च असीं पढ़ा रहे हाँ उन्हां दा म्यार उच्चा चुक दिओ, उत्थे अपने बच्चे लैके जाइए तां कि बाकियों नूं भी सिक्ख्या मिले। बिल्कुल बिल्कुल, देखो ये होना बनता है। मैं जदों डिस्कशन दे दौरान ये भी गल हुई सी भी तुसीं, मैं पेरेंट्स नूं भी मतलब असीं डिस्कस कर रहे सी भी तुसीं एक डाटा बना के देखो भी हुण तक आपां कहिंदे आ भी जिहड़ा प्राइवेट अनएडेड स्कूल है उन्हां दी एजुकेशन बहुत अच्छी है, तुसीं रिजल्ट भी देखो ना किन्ने क बच्चे ने जिहड़े IPS जां IAS ਜਿਹੜੇ ਇਹ ਪ੍ਰਾਈਵੇਟ ਅਨਏਡਡ ਸਕੂਲ 'ਚ ਪੜ੍ਹ ਕੇ ਬਣੇ ਨੇ, ਵੀ ਸਰਕਾਰੀ ਸਕੂਲ 'ਚ ਪੜ੍ਹ ਕੇ ਕੋਈ ਨਹੀਂ ਬਣਿਆ, ਬਟ ਮੈਂ ਇਹਦੇ 'ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ, ਇਹ ਡਿਸਕਸ਼ਨ ਦਾ ਪਾਰਟ ਸੀ। ਬਿਲਕੁਲ, ਬਟ ਕੁਸਚਨ ਇਹ ਹੈਗਾ ਜੀ, ਜੇ ਮਤਲਬ ਜਿਹੜੀ ਤੁਸੀਂ ਕੋਈ, ਮੈਂ ਇੱਥੋਂ ਤੱਕ ਕਲੀਅਰ ਕਰ ਦੇਣਾ ਚਾਹੁੰਦਾ, ਜਿਵੇਂ ਤੁਸੀਂ ਕਿਸੇ ਸਿਟੀ 'ਚ ਰਹਿੰਦੇ ਹੋ, ਅਗਰ ਕੋਈ ਕਲੋਨੀ ਪਾਸ ਹੁੰਦੀ ਹੈ, ਨਕਸ਼ਾ ਪਾਸ ਹੁੰਦਾ, ਉਹਦੇ 'ਚ ਸਕੂਲ ਦਾ ਪ੍ਰਾਵਧਾਨ ਵੀ ਹੈ, ਜਿੱਥੇ ਇੱਕ ਇੱਕ ਬੰਦਾ ਇਹ ਸੋਚਦਾ ਵੀ ਮੈਂ 100 ਗਜ ਦਾ ਪਲੋਟ ਲੈ ਲਾਂ ਜਾਂ ਨਾ ਲੈ ਲਾਂ, ਉੱਥੇ ਤਿੰਨ ਤਿੰਨ ਚਾਰ ਚਾਰ ਏਕੜ ਸਕੂਲ ਵਾਲੇ ਸਕੂਲ ਦੇ ਲਈ ਕਨਸੈਸ਼ਨ ਤੇ ਅਲੋਟਮੈਂਟ ਕੀਤੀ ਜਾਂਦੀ ਹੈ, ਤੁਹਾਨੂੰ ਵੀ ਪਤਾ ਹੋਵੇਗਾ। ਸਰ ਕੁਸਚਨ ਜਿਹੜਾ ਇਹ ਸਕੂਲ ਵੀ ਨੇ, ਕਿਤੇ ਨਾ ਕਿਤੇ ਕੋਈ ਨਾ ਕੋਈ ਕਨਸੈਸ਼ਨ, ਇਹਨਾਂ ਨੂੰ ਟੈਕਸ ਦੀ ਕਿੰਨੀ ਰਿਬੇਟ ਹੈ, ਬਹੁਤ ਬੈਨੀਫਿਟ ਨੇ, ਬਹੁਤ ਪਰਕਸ ਨੇ, ਇੱਥੋਂ ਤੱਕ ਹੈ ਕਿ ਵੀ ਜਿਹੜੀ ਸਕੂਲ ਦੀ ਇਨਕਮ ਹੈ ਉਹ ਕੋਈ ਵੀ ਟਰੱਸਟੀ ਯੂਜ ਨਹੀਂ ਕਰ ਸਕਦਾ ਆਪਣੇ ਪਰਸਨਲ ਯੂਜ ਲਈ, ਉਹ ਇੱਕ ਫੰਡ ਜਿਹੜਾ ਅੰਡਰ ਸੈਕਸ਼ਨ 9(1) ਉਹ ਕ੍ਰੀਏਟ ਹੁੰਦਾ ਫੰਡ, ਜਿਹੜਾ ਇਨ ਫਿਊਚਰ ਵੀ ਬੱਚੇ ਦੇ ਵੈਲਫੇਅਰ ਲਈ ਯੂਜ ਕੀਤਾ ਜਾ ਸਕਦਾ। ਇਹ ਪਟੀਸ਼ਨ 'ਚ ਇੱਥੋਂ ਤੱਕ ਕਿਹਾ ਗਿਆ ਕਿ ਵੀ ਤੁਸੀਂ ਇੱਕ ਵਾਰ ਕੱਢੋ ਤਾਂ ਸਹੀ ਵੀ ਇਹਨਾਂ ਦਾ ਖਰਚਾ ਕਿੰਨਾ ਹੈ, ਕਿੰਨਾ ਇਹਨਾਂ ਨੇ ਸੈਲਰੀ ਦੇਣੀ ਬਣਦੀ ਹੈ, ਸੈਲਰੀ ਦੇਣੀ ਬਣਦੀ ਹੈ, ਅਗਰ ਪੇਰੈਂਟਸ ਤੋਂ ਥੋੜ੍ਹਾ ਬਹੁਤ ਚਾਰਜ ਕਰਨ ਤੋਂ ਬਾਅਦ ਵੀ ਸੈਲਰੀ ਨਹੀਂ ਪਹਿਲਾਂ ਤਾਂ ਪੂਰੀ ਹੋਏਗੀ। ਮੈਂ ਤੁਹਾਨੂੰ ਪੂਰਾ ਵਿਦ ਐਗਜ਼ਾਮਪਲ ਦਿੱਤਾ, ਮੈਂ ਕੋਰਟ ਦੇ ਅੱਗੇ ਵੀ ਉਹ ਐਗਜ਼ਾਮਪਲਸ ਰੱਖੀਆਂ ਨੇ, ਅਗਰ ਨਹੀਂ ਪੂਰੀ ਹੁੰਦੀ ਤਾਂ ਉਹ ਫੰਡ ਆ ਜਿਹੜਾ ਉਹ ਯੂਜ਼ ਵੀ ਕਦੋਂ ਕਰਨਾ, ਜੇ ਫੰਡ ਐਸੀ 3 ਮਹੀਨੇ ਦੇ 3 ਮਹੀਨੇ ਹੀ ਹੋਏ ਨੇ, ਇਸ ਦੌਰਾਨ ਵੀ ਅਸੀਂ ਸੋਸਾਇਟੀ ਦੇ ਕੰਮ ਨਾ ਆਏ, ਫਿਰ ਉਹਦਾ ਕ੍ਰੀਏਟ ਕਰਨ ਦਾ ਵੀ ਕੀ ਮਤਲਬ ਹੋਇਆ। ਬਿਲਕੁਲ ਬਿਲਕੁਲ, ਪ੍ਰਾਈਵੇਟ ਸਕੂਲਾਂ ਨੂੰ ਇਨਸਾਨੀਅਤ ਦੇ ਨਾਤੇ ਵੈਸੇ ਬਾਗੜੀ ਸਾਹਿਬ ਇਹ ਚੀਜ਼ ਸਮਝ ਲੈਣੀ ਚਾਹੀਦੀ। ਅਸੀਂ ਡਿਬੇਟ ਸਾਡੀ ਸਿਰਫ ਇੰਨੀ ਕੁ ਸੀ ਕਿ ਸੁਪਰੀਮ ਕੋਰਟ ਤੋਂ ਜਿਹੜਾ ਝਟਕੇ ਦੀ ਗੱਲ ਕੀਤੀ ਜਾ ਰਹੀ ਸੀ, ਉਹ ਜੀ ਕੋਈ ਗੱਲ ਨਹੀਂ, ਮਾਪੇ ਬੇਫਿਕਰ ਰਹਿਣ, ਪਰ ਸਾਡਾ ਵਿਸ਼ਾ ਜਿਹੜਾ ਉਹ ਕਾਫੀ ਵਿਸ਼ਾਲ ਹੈ, ਇਹ ਮਾਪੇ ਵੀ ਇਹ ਗੱਲ ਸਮਝਦੇ ਹੋਣਗੇ ਅਤੇ ਸੋਚ ਵੀ ਰਹੇ ਹੋਣਗੇ ਕਿ ਆਖਿਰਕਾਰ ਅਸੀਂ ਮਤਲਬ ਕਿ ਕਿਉਂ ਸਕੂਲਾਂ ਦੇ ਨਾਲ ਜਿਹੜਾ ਉਹ ਸਾਨੂੰ ਲਗਾਤਾਰ ਇਹ ਤਰਲੇ ਕੱਢਣੇ ਪੈ ਰਹੇ ਨੇ ਪ੍ਰਾਈਵੇਟ ਸਕੂਲਾਂ ਦੇ, ਕਿ ਸਾਡੀ ਫੀਸ ਜਿਹੜੀ ਹੈ ਉਹ ਅਸੀਂ ਆਰਥਿਕ ਤੌਰ 'ਤੇ ਪਰੇਸ਼ਾਨ ਹਾਂ। ਸਮਝਣਾ ਚਾਹੀਦਾ ਇਹਨਾਂ ਸਾਰਿਆਂ ਨੂੰ, ਪ੍ਰਾਈਵੇਟ ਸਕੂਲ ਵੀ ਸਮਝਣ ਮਜਬੂਰੀ ਮਾਪਿਆਂ ਦੀ, ਮਾਪੇ ਵੀ ਸਕੂਲਾਂ ਦੀ ਮਜਬੂਰੀ ਸਮਝਣ ਲਈ ਤਿਆਰ ਨੇ, ਪਰ ਰਲ ਮਿਲ ਕੇ ਚੱਲਣ ਦੀ ਜ਼ਰੂਰਤ ਹੈ। ਬਾਗੜੀ ਸਾਹਿਬ, ਅਖੀਰ ਦੇ ਵਿੱਚ ਮੈਂ ਜਾਣਨਾ ਚਾਹਾਂਗਾ, ਤੁਸੀਂ ਮਾਪਿਆਂ ਨੂੰ ਜਿਹੜਾ ਉਹ ਹੁਣ ਘਬਰਾਉਣ ਦੀ ਲੋੜ ਨਹੀਂ ਹੈ, ਤੁਸੀਂ ਕਹਿਣਾ ਚਾਹੋਗੇ ਜ਼ਰੂਰ ਕੀ ਕੁਝ ਜਿਹੜਾ ਉਹ ਫੈਸਲਾ ਜਿਹੜਾ ਹਾਈ ਕੋਰਟ ਤੋਂ ਆਉਣ ਦੀ ਉਮੀਦ ਹੈ? ਮੈਂ ਸਟਾਰਟਿੰਗ ਤੋਂ ਇਹ ਗੱਲ ਕਹਿੰਦਾ ਆਇਆ, ਘਬਰਾਉਣ ਦੀ ਕੀ ਲੋੜ ਹੈ ਪਹਿਲਾਂ ਤਾਂ ਇਹ ਦੱਸੋ ਤੁਸੀਂ। ਬਿਲਕੁਲ, ਘਬਰਾਉਣ ਆਪਾਂ ਜਿਹੜਾ ਕਾਨੂੰਨੀ ਪ੍ਰਕਿਰਿਆ ਉਹ 'ਚ ਕੋਈ ਕਸਰ ਨਹੀਂ ਛੱਡੀ ਹੋਈ, ਸਿੰਗਲ ਬੈਂਚ ਦਾ ਡਿਸੀਜਨ ਜਿਹੜਾ ਸੀ ਉਹ ਅਗੇਂਸਟ ਸੀ ਇਮੀਡੀਏਟਲੀ, ਹਾਲਾਂਕਿ ਉਹ 'ਚ ਕਿਹਾ ਗਿਆ ਸੀ ਵੀ ਤੁਸੀਂ ਸਕੂਲਾਂ ਕੋਲ ਜਾ ਕੇ ਮਤਲਬ ਰਿਕੁਐਸਟ ਕਰੋ ਜਾਂ ਸਕੂਲ ਹੀ ਉਸ ਤੋਂ ਬਾਅਦ ਤੁਸੀਂ ਰੈਗੂਲੇਟਰੀ ਬਾਡੀ ਕੋਲ ਜਾਓ, ਉਹਦੀਆਂ ਪੂਰਾ ਤੱਥਾਂ ਦੇ ਆਧਾਰ ਤੇ ਕੱਢ ਕੇ ਆਪਾਂ ਵਿਦ ਇਨ ਟਾਈਮ ਬਾਉਂਡ ਅਪੀਲ ਫਾਈਲ ਕਰਕੇ, ਅਪੀਲ ਜਿਹੜੀ ਮੇਰੇ ਵੱਲੋਂ ਫਾਈਲ ਕੀਤੀ ਗਈ ਸੀ ਉਹ 6 ਜੁਲਾਈ ਨੂੰ ਇਹ ਇੱਕ ਵਾਰ ਲਿਸਟ ਹੋ ਲਈ, ਉਸ ਤੋਂ ਬਾਅਦ ਇਹ ਸੀਗਾ ਵੀ ਸਟੇਟ ਪੰਜਾਬ ਨੇ, ਪੰਜਾਬ ਸਰਕਾਰ ਨੇ ਵੀ ਫਾਈਲ ਕਰਨੀ ਸੀ, ਕੁਛ ਕੁ ਹੋਰ ਜਿਹੜੀਆਂ ਸੀ ਉਹ ਵੀ ਅਪੀਲਾਂ ਲਿਸਟ ਹੋਣੀਆਂ ਸੀ, ਫਿਰ ਕੋਰਟ ਨੇ ਮਤਲਬ ਉਹ ਇਕੱਠਾ ਸੁਣਵਾਈ ਕਰਨ ਲਈ, ਕਿਉਂਕਿ ਡਿਸੀਜ਼ਨ ਇੱਕ ਹੋਣਾ, ਸੋ 13 ਜੁਲਾਈ ਲਈ ਡੇਟ ਰੱਖੀ ਹੋਈ ਹੈ, ਕੋਈ ਨਾ ਕੋਈ ਡਿਸੀਜ਼ਨ, ਦੇਖੋ ਆਸ ਹਰ ਇੱਕ ਨੂੰ ਹੁੰਦੀ ਹੈ ਸਾਡੇ ਹੱਕ 'ਚ ਆਏਗਾ। ਬਿਲਕੁਲ, ਮੈਂ ਤੁਹਾਨੂੰ ਇੱਥੇ ਇਹ ਵੀ ਕਲੀਅਰ ਕਰ ਦੇਣਾ ਚਾਹੁੰਦਾ, ਅਗਰ
ਡਿਵੀਜ਼ਨ ਬੈਂਚ ਤੋਂ ਕੋਈ ਰਾਹਤ ਨਹੀਂ ਮਿਲਦੀ ਜਾਂ ਇਨ ਕੋਈ ਇਨ ਫਿਊਚਰ ਸਾਡੇ ਅਗੇਂਸਟ ਜਿਹੜਾ ਆਰਡਰ ਆਉਂਦਾ ਸਾਡੇ ਕੋਲ ਸੁਪਰੀਮ ਕੋਰਟ ਦਾ ਰਸਤਾ ਖੁੱਲਾ ਮੈਂ ਤਾਂ ਇਹ ਸਰਵਿਸਿਸ ਫ੍ਰੀ ਆਫ ਕੋਸਟ ਦੇ ਰਿਹਾ ਮੈਂ ਕਹਿੰਦਾ ਵੀ ਤੁਹਾਡੇ ਨਾਲ ਮੈਂ ਖੜਾ ਹੋਇਆ ਕਾਨੂੰਨ ਲੜਾਈ ਜਿੱਥੋਂ ਤੱਕ ਲੜ ਸਕੇ ਲੜਾਂਗੇ ਜਿੱਥੋਂ ਤੱਕ ਵਾਹ ਵਾਹ ਮਤਲਬ ਇਹਦਾ ਪ੍ਰਾਵਧਾਨ ਹੋਇਆ ਉਸ ਤੋਂ ਬਾਅਦ ਗਵਰਨਮੈਂਟ ਵੀ ਹੈ ਗਵਰਨਮੈਂਟ ਕੋਲ ਬਹੁਤ ਪਾਵਰਾਂ ਨੇ ਗਵਰਨਮੈਂਟ ਨੇ ਹੀ ਆਰਡਰ ਕਰਨੇ ਨੇ ਗਵਰਨਮੈਂਟ ਨੂੰ ਵੀ ਮੈਂ ਲਿਖ ਰਿਹਾ ਸੈਪਰੇਟਲੀ ਗਵਰਨਮੈਂਟ ਮੈਂ ਤੁਹਾਨੂੰ ਇੱਥੋਂ ਤੱਕ ਦੱਸ ਦਿੰਦਾ ਇੱਕ ਸਪੋਜ਼ ਕੋਈ ਡਿਸੀਜ਼ਨ ਆ ਜਾਂਦਾ ਜਿਵੇਂ ਕੋਈ ਡਿਸੀਜ਼ਨ ਜਿਹੜਾ ਐਸਸੀ ਐਸਟੀ ਐਕਟ ਦਾ ਕੋਈ ਡਿਸੀਜ਼ਨ ਸੁਪਰੀਮ ਕੋਰਟ ਨੇ ਉਹ 'ਚ ਜਿਹੜੀ ਐਂਟੀਸਪੇਟਰੀ ਦੀ ਪ੍ਰੋਵੀਜ਼ਨ ਸੀ ਉਹਦੇ ਵਿੱਚ ਕੁਛ ਕੁ ਗਾਈਡਲਾਈਨਸ ਜਿਹੜੀਆਂ ਸੀ ਉਹ ਕਹਿਤੀਆਂ ਸੀਗੀਆਂ ਜੋ ਐਕਟ ਦੇ ਕੌਂਟਰੇਰੀ ਸੀਗੀਆਂ ਪਾਰਲੀਮੈਂਟ ਆਫ ਇੰਡੀਆ ਨੇ ਉਹ ਬਦਲਤਾ ਕਾਨੂੰਨ ਦੁਬਾਰਾ ਤੋਂ ਉਹ 'ਚ ਜਿਹੜੀ ਹੈ ਅਮੈਂਡਮੈਂਟ ਕੀਤੀ ਹੈ ਸੋ ਗਵਰਨਮੈਂਟ ਪਰਿਸਥਿਤੀਆਂ ਨੂੰ ਵਿਚਾਰਦੇ ਹੋਏ ਕੋਈ ਵੀ ਆਰਡਰ ਕਰ ਸਕਦੀ ਹੈ ਹਾਲੇ ਤਾਂ ਫਿਲਹਾਲ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਜਿੱਥੋਂ ਤੱਕ ਜਾਣਾ ਪਏਗਾ ਅਸੀਂ ਉੱਥੋਂ ਤੱਕ ਜਾਵਾਂਗੇ ਜੋ ਸਾਡਾ ਰਾਈਟ ਹੈ ਉਹਨੂੰ ਅਸੀਂ ਕੋਈ ਗਲਤ ਗੱਲ ਨਹੀਂ ਕਹਿ ਰਹੇ ਅਸੀਂ ਕਹਿੰਦੇ ਜਿਹੜੀਆਂ ਸਰਵਿਸਿਸ ਅਸੀਂ ਨਹੀਂ ਲਈਆਂ ਉਹਦੇ ਲਈ ਇੰਡੀਆ 'ਚ ਤਾਂ ਕੀ ਆਲ ਓਵਰ ਵਰਲਡ ਦੇ ਵਿੱਚ ਕੋਈ ਏਦਾਂ ਦਾ ਕਾਨੂੰਨ ਨਹੀਂ ਵੀ ਬੰਦੇ ਨੂੰ ਕੰਪੈਲ ਕੀਤਾ ਜਾਵੇ ਵੀ ਤੁਸੀਂ ਉਹਦੇ ਲਈ ਪੇ ਕਰੋ ਸੋ ਸਾਡਾ ਤਾਂ ਬਿਲਕੁਲ ਕਲੀਅਰ ਕਨਸੈਪਟ ਹੈ ਔਰ ਇਹ ਵੀ ਕਲੀਅਰ ਹੈ ਵੀ ਗਵਰਨਮੈਂਟ ਕੋਲ ਪਾਵਰ ਹੈ ਅਸੀਂ ਗਵਰਨਮੈਂਟ ਤੋਂ ਹੀ ਮੰਗ ਰਹੇ ਹਾਂ ਇਸ ਕਰਕੇ ਹਾਈ ਕੋਰਟ 'ਚ ਵੀ ਗਵਰਨਮੈਂਟ ਨੂੰ ਤੁਸੀਂ ਡਾਇਰੈਕਸ਼ਨਸ ਲਓ ਸਾਡਾ ਇਹ 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 ਜਿਹੜੀਆਂ ਪੁਆਇੰਟਸ ਨੇ ਇਹਨੂੰ ਕੰਸਿਡਰ ਕਰਕੇ ਇਹ ਇਹ ਡਾਇਰੈਕਸ਼ਨ ਪਾਸ ਕਰਨ ਗਵਰਨਮੈਂਟ ਤੁਸੀਂ ਲਿਖਤਾ ਟਿਊਸ਼ਨ ਫੀ ਚਾਰਜ ਕਰੋ ਉਹ ਟਿਊਸ਼ਨ ਫੀ ਚਾਰਜ ਕਰਨੀ ਸ਼ੁਰੂ ਕਰਤੀ ਜਿਹੜਾ ਕਿੰਡਰਗਾਰਟਨ ਦਾ ਬੱਚਾ ਤੁਸੀਂ ਦੱਸੋ ਜਿਹਨੂੰ ਬੈਠਣਾ ਹੀ ਨਹੀਂ ਆਉਂਦਾ ਅੱਗੇ ਇਹਦੇ ਕੈਮਰੇ ਦੇ ਜਾਂ ਉਹਦੀ ਹੈਲਥ ਤੇ ਦੇਖੋ ਸਾਨੂੰ ਇੰਨਾ ਵੀ ਨਹੀਂ ਹੋ ਜਾਣਾ ਚਾਹੀਦਾ ਕਿ ਇੱਕ ਬੱਚਾ ਹੈ ਇਹ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਵੀ ਕਹਿੰਦੀਆਂ ਨੇ ਕਿ ਇਹਦੀਆਂ ਰੇਡੀਏਸ਼ਨਸ ਨੇ ਜਿਹੜੀਆਂ ਫੋਨ ਦੀਆਂ ਜਾਂ ਹੋਰ ਗੈਜਟਸ ਦੀਆਂ ਇਹ ਐਡਵਰਸਲੀ ਇਫੈਕਟ ਕਰਦੀਆਂ ਬੱਚਿਆਂ ਨੂੰ ਅੱਜ ਅਸੀਂ ਬੱਚਿਆਂ ਦੇ ਹੱਥ 'ਚ ਮੋਬਾਈਲ ਫੜਾਏ ਹੋਏ ਨੇ ਜਿਹੜੇ ਜ਼ਿਆਦਾ ਛੋਟੇ ਬੱਚੇ ਨੇ ਉਹਨਾਂ ਨੂੰ ਅਸੀਂ ਬਿਠਾ ਰਹੇ ਹਾਂ ਇਹ ਮਤਲਬ ਸਾਨੂੰ ਥੋੜ੍ਹਾ ਬਹੁਤ ਸੋਚਣਾ ਚਾਹੀਦਾ ਗਵਰਨਮੈਂਟ ਨੂੰ ਵੀ ਆਉਣਾ ਚਾਹੀਦਾ ਅੱਗੇ ਵੀ ਹਾਂ ਇਹਦੇ ਲਈ ਕੋਈ ਹੁਣ ਕੋਰਟਾਂ 'ਚ ਲੜਨ ਲਈ ਕੋਰਟ ਤਾਂ ਇੱਕ ਕੋਟਾ ਕੋਲ ਤਾਂ ਹੋਰ ਵਰਕ ਏ ਬਹੁਤ ਹੈ ਵੈਸੇ ਤਾਂ ਇਹ ਕਲੈਰੀਫਿਕੇਸ਼ਨ ਜਿਹੜੀ ਹੈ ਇਹ ਵੱਡਾ ਇਸ਼ੂ ਹੈ ਇਹ ਸੈਂਟਰਲ ਗਵਰਨਮੈਂਟ ਕੋਲ ਵੀ ਪਾਵਰਸ ਨੇ ਕੋਈ ਨਾ ਕੋਈ ਜਿਹੜਾ ਇਹਦੇ 'ਚ ਕਲੈਰੀਫਿਕੇਸ਼ਨ ਤੇ ਕੋਈ ਨਾ ਕੋਈ ਜਿਹੜਾ ਆਰਡਰ ਆਉਣਾ ਬਣਦਾ ਹੈ ਕੋਰਟ ਦੇ ਵਿੱਚ ਕੋਈ ਇਹੋ ਜਿਹੀ ਗੱਲ ਵੀ ਹੋਈ ਜਾਂਦੇ ਜਾਂਦੇ ਇਹ ਦੱਸੋ ਕੋਰਟ 'ਚ ਕੋਈ ਇਹੋ ਜਿਹੀ ਗੱਲ ਹੋਈ ਕਿ ਜਿਹੜਾ ਮੋਬਾਈਲਾਂ ਦੇ ਨਾਲ ਬੱਚਿਆਂ ਦਾ ਜਿਹੜਾ ਆ ਉਹ ਸਰੀਰਕ ਤੌਰ 'ਤੇ ਅੱਖਾਂ ਦੀ ਰੋਸ਼ਨੀ ਨੂੰ ਦਿੱਕਤ ਆਉਂਦੀ ਹੈ ਬੱਚੇ ਜਾਂ ਕੋਈ ਮਿਸਯੂਜ਼ ਵੀ ਕਰ ਲੈਂਦਾ ਇਹੋ ਜਿਹੀ ਕੋਈ ਗੱਲ ਹੋਈ ਸਰ ਬਹੁਤ ਡਿਟੇਲ 'ਚ ਹੋਇਆ ਇਹ ਇਹ ਗੱਲਾਂ ਵੀ ਇਹ ਪੂਰੀਆਂ ਦੱਸੀਆਂ ਗਈਆਂ ਵੀ ਇਹਦਾ ਤਾਂ ਐਡਵਰਸ ਇਫੈਕਟ ਹੈ ਇੱਕ ਪਾਸੇ ਇਹ ਆਈ ਹੈਵ ਰੇਜ਼ ਦੀ ਆਰਗੂਮੈਂਟ ਬਿਫੋਰ ਦੀ ਸਿੰਗਲ ਬੈਂਚ ਆਲਸੋ ਹੁਣ ਵੀ ਇਹ ਅੰਡਰ ਕੰਸੀਡਰੇਸ਼ਨ ਹੈ ਇਹ ਬਿਲਕੁਲ ਹੋਇਆ ਜੀ ਜੀ ਬਿਲਕੁਲ ਬਾਗੜੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਬੜਾ ਮਤਲਬ ਕਿ ਸਿੱਧੇ ਪੰਜਾਬੀ ਲਫ਼ਜ਼ਾਂ ਦੇ ਵਿੱਚ ਮਾਂ ਪਿਓ ਨੂੰ ਇਹ ਸਮਝਾ ਦਿੱਤਾ ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਤਾਂ ਹੀ ਤੁਹਾਨੂੰ ਕੈਮਰੇ ਸਾਹਮਣੇ ਲੈ ਕੇ ਆਏ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਸਾਡੇ ਨਾਲ ਮੌਜੂਦ ਸਨ ਚਰਨਪਾਲ ਸਿੰਘ ਬਾਗੜੀ ਹਾਈਕੋਰਟ ਦੇ ਵਕੀਲ ਨੇ ਮਾਪਿਆਂ ਦੇ ਵੱਲੋਂ ਜਿਹੜਾ ਇਹ ਹਾਈਕੋਰਟ ਦੇ ਵਿੱਚ ਇਸ ਕੇਸ ਨੂੰ ਦੇਖ ਰਹੇ ਨੇ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਜਿਹੜਾ ਫੈਸਲਾ ਸੁਣਾਇਆ ਸੀ ਉੱਥੋਂ ਮਾਪਿਆਂ ਨੂੰ ਇਹ ਗੱਲ ਕਹੀ ਗਈ ਕਿ ਤੁਸੀਂ ਹਾਈਕੋਰਟ ਦੇ ਜ਼ਰੀਏ ਮਤਲਬ ਕਿ ਹਾਈਕੋਰਟ ਦੇ ਵਿੱਚ ਤੁਹਾਡੀ ਆਲਰੇਡੀ ਸੁਣਵਾਈ ਚੱਲ ਰਹੀ ਹੈ ਉੱਥੇ ਸੁਣਵਾਈ ਵਿੱਚ ਜਾਓ ਅਤੇ ਉਸ ਤੋਂ ਬਾਅਦ ਜਿਹੜਾ ਜੇਕਰ ਉੱਥੇ ਕੋਈ ਨਹੀਂ ਫੈਸਲਾ ਤੁਹਾਡੇ ਹੱਕ ਵਿੱਚ ਆਉਂਦਾ ਫਿਰ ਉਹ ਸੁਪਰੀਮ ਕੋਰਟ ਜਾ ਸਕਦੇ ਨੇ ਮਤਲਬ ਕਿ ਕੋਈ ਮਾਪਿਆਂ ਨੂੰ ਡਰਨ ਵਾਲੀ ਲੋੜ ਨਹੀਂ ਨਾ ਹੀ ਕੋਈ ਪ੍ਰਾਈਵੇਟ ਸਕੂਲ ਉਸ ਫੈਸਲੇ ਨੂੰ ਲੈ ਕੇ ਤੁਹਾਡੇ 'ਤੇ ਕੋਈ ਧੱਕਾ ਕਰ ਸਕਦਾ ਪ੍ਰਾਈਵੇਟ ਸਕੂਲਾਂ ਦੇ ਅਸੀਂ ਖਿਲਾਫ਼ ਨਹੀਂ ਪਰ ਇਨਸਾਨੀਅਤ ਦੇ ਨਾਤੇ ਜਿਹੜਾ ਆ ਉਹ ਸਮਝਣਾ ਚਾਹੀਦਾ ਮਾਪੇ ਵੀ ਪਰੇਸ਼ਾਨ ਨੇ ਤੁਸੀਂ ਵੀ ਪਰੇਸ਼ਾਨ ਹੋ ਤੁਹਾਡੇ ਵੀ ਬਿਜ਼ਨਸ ਨੇ ਉਹਨਾਂ ਦੇ ਵੀ ਬਿਜ਼ਨਸ ਨੂੰ ਉਹਨਾਂ ਦੇ ਕੰਮਕਾਰ ਨੂੰ ਮਾਰ ਪਈ ਹੈ ਸਭ ਨੂੰ ਸਮਝ ਕੇ ਇੱਕ ਦੂਜੇ ਨਾਲ ਮਿਲ ਕੇ ਚੱਲ ਲੈਣਾ ਚਾਹੀਦਾ ਜਿਵੇਂ ਬਾਗੜੀ ਸਾਹਿਬ ਨੇ ਦੱਸਿਆ ਕਿ ਇੱਕ ਸਕੂਲ ਦੀ ਅਸੀਂ ਐਗਜ਼ਾਮਪਲ ਦਿੱਤੀ ਕਿ ਉਸ ਸਕੂਲ ਨੇ ਕਿਵੇਂ ਮਾਪਿਆਂ ਦੇ ਨਾਲ ਮਿਲ ਕੇ ਜਿਹੜਾ ਆਪਣਾ 2000 ਬੱਚਾ 1500 2000 ਦੇ ਕਰੀਬ ਬੱਚਾ ਉਹਦੀ ਕਿਵੇਂ ਟਿਊਸ਼ਨ ਫੀਸ ਨੂੰ ਐਡਜਸਟ ਕੀਤਾ ਮਤਲਬ ਕਿ ਮਾਪਿਆਂ ਨੂੰ ਸਮਝਿਆ ਇਸ ਔਖੇ ਵੇਲੇ ਦੇ ਵਿੱਚ ਸਭ ਨੂੰ ਇੱਕ ਦੂਜੇ ਨਾਲ ਮਤਲਬ ਕਿ ਚੱਲਣ ਦੀ ਜ਼ਰੂਰਤ ਹੈ ਸੋ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਰੱਖ ਸਕਦੇ ਹੋ ਅਸੀਂ ਅੱਗੇ ਵੀ ਵਕੀਲ ਸਾਹਿਬ ਨੂੰ ਤੁਹਾਡੇ ਰੂਬਰੂ ਕਰਾਵਾਂਗੇ ਜਿਹੜਾ ਉਹਨਾਂ ਨੇ ਕਿਹਾ ਕਿ 6 ਸਾਲ ਦੇ ਬੱਚੇ ਤੋਂ ਲੈ ਕੇ 14 ਸਾਲ ਦੇ ਬੱਚੇ ਤੱਕ ਜਿਹੜਾ ਐਜੂਕੇਸ਼ਨ ਹੈ ਉਹ ਫ੍ਰੀ ਆਫ ਕੋਸਟ ਹੈ ਉਸ ਮਸਲੇ ਦੇ ਉੱਤੇ ਵੀ ਗੱਲਬਾਤ ਕਰਾਂਗੇ ਇਸ ਦਾ ਫੈਸਲਾ ਆ ਜੇ ਫਿਰ ਅਸੀਂ ਉਸ ਮਸਲੇ 'ਤੇ ਵੀ ਗੱਲਬਾਤ ਕਰਾਂਗੇ ਤਾਂ ਕਿ ਉਹ ਵੀ ਲੋਕਾਂ ਤੱਕ ਜਾਣਕਾਰੀ ਪਹੁੰਚੇ ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ ਸਾਡੇ ਚੈਨਲ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਹਰ ਜਾਣਕਾਰੀ ਪਹੁੰਚੇ ਧੰਨਵਾਦ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ 'ਤੇ ਕਲਿੱਕ ਕਰੋ